السلام عليكم. وعليكم السلام. وعليكم السلام. خير آج مس کال ہائے میں تے حیران ہو گیا ہے. حیران کھتو نا بھائی, مینوں تے پابندی لگ گئی ہے بھی میں ہن کال ہی نہیں کر سکدا, مس کال نہیں کر سکدا, تے تہاڈا انتظار کرنا ہن. تسی مس کال کرو گے تے کال کرنی. فون پیا ہوندا, کوئی ہور چک لو پھر نواں سیاپا پے جانا مینوں. ایک تے تینوں نویں بڑے سیاپے پیندے ہر ہفتے. پہلے سیاپے مکتے نہیں, کوئی نویں کھڑے ہو جاندے. ਉਹੀ ਤੇ ਤੈਨੂੰ ਕਹਿ ਰਿਹਾ ਕਿ ਤੂੰ ਪਹਿਲਾਂ ਮਕਵਾ ਲਿਆ ਕਰ, ਫੇਰ ਪਵਾਇਆ ਕਰ ਨਵਾਂ ਸਿਆਪਾ. ਤੁਸੀਂ ਠੀਕ ਹੋ? ਤੁਸੀਂ ਸੁਣਾਓ. ਮੈਂ ਠੀਕ ਹੀ ਆ. ਤੂੰ ਤਾਂ ਚਲੀ ਗਈ ਛੱਡ ਕੇ, ਹੁਣ ਮੈਨੂੰ ਤਾਂ ਮੈਂ ਠੀਕ ਰਵਾਂ ਨਾ ਰਵਾਂ ਤੈਨੂੰ ਕੀ ਤਕਲੀਫ ਆ? ਅੱਲਾ ਕਰੇ ਤੁਹਾਨੂੰ ਕੁਛ ਹੋਵੇ, ਮਤਲਬ ਮੇਰਾ ਕਿ ਤੁਹਾਨੂੰ ਅੱਲਾ ਨਾ ਕਰੇ ਕੁਛ ਹੋਵੇ, ਤੁਹਾਨੂੰ ਤੇ ਮੇਰੀ ਵੀ ਲੱਗ ਜੇ ਉਮਰ. ਤੁਹਾਨੂੰ ਤੇ ਮੇਰੀ ਵੀ ਲੱਗ ਜੇ. ਹਾਂ, ਐਵੇਂ ਹੀ ਹਾਂ ਲੱਗਦੇ. ਹਾਂ ਵਾ, ਲੇਕਿਨ ਦੁਸ਼ਮਣਾਂ ਨੂੰ ਜਿਹੜੇ ਸਾਡੇ ਤੁਹਾਡੇ ਤੋਂ ਬੜੀ ਖੁਸ਼ ਲੱਗ ਰਹੀ ਆ. ਲੱਗਦਾ ਕੋਈ ਹੈ ਵੱਡੀ ਖੁਸ਼ ਕਿੱਥੇ ਆ ਹੁਣ? ਕਹਿੰਦੇ ਦੁੱਖ ਲੁਕਾਉਣ ਲਈ ਬੰਦੇ ਨੂੰ ਹੱਸਦੇ ਰਹਿਣਾ ਚਾਹੀਦਾ. ਬਸ ਦੁੱਖ ਹੀ ਲੁਕਾ ਰਹੀ ਆ ਆਪਣੇ. ਦੁੱਖ ਲੁਕਾ ਰਹੀ ਆ ਤੂੰ? ਤੇ ਹੋਰ ਕੀ, ਥੋੜੇ ਦੁੱਖ ਬੰਦੇ ਕੋਲੋਂ ਵੀ ਲੁਕਾ ਰਹੀ ਆ, ਸਿਰਫ ਗੈਰ ਮਰਦਾ ਕੋਲੋਂ ਦੁੱਖ ਲੁਕਾ ਰਹੀ? ਸਾਰਿਆਂ ਕੋਲ ਲੁਕਾਉਣੇ ਪੈਂਦੇ ਆਪਣੇ ਦੁੱਖ? ਨਹੀਂ, ਏਦਾਂ ਨਹੀਂ ਹੋਣਾ ਚਾਹੀਦਾ. ਦੁੱਖ ਸਿਰਫ ਗੈਰ ਮਰਦਾਂ ਕੋਲ ਲੁਕਾਉਣੇ ਚਾਹੀਦੇ ਨੇ. ਬੰਦੇ ਕੋਲੋਂ ਕਾਹਦੇ ਦੁੱਖ ਲੁਕੇ ਹੁੰਦੇ? ਬੰਦਾ ਤਾਂ ਜਦੋਂ ਦਿਲ ਕਰੇ ਵਿਹਲਾ ਹੁੰਦਾ, ਦੁੱਖ ਦੇਖ ਲੈਂਦਾ. ਦੁੱਖ ਦੇਖਣੇ ਇੱਥੇ ਇੰਨਾ ਉਹਨੂੰ ਟਾਈਮ ਮਿਲੇ ਮੇਰੇ ਦੁੱਖ ਦੇਖਣ ਦਾ, ਤੇ ਫੇਰ ਹੀ ਆ. ਅੱਛਾ, ਉੱਧਰ ਵੀ ਕੰਮ ਸ਼ੁਰੂ ਹੋ ਗਿਆ? ਵਾਹ. ਬਸ ਏਦਾਂ ਹੀ ਆ, ਫੇਰ ਕਰੋ ਕਰੀ ਭਾਂਡੇ ਖੜੇ ਕਰਦੇ. ਸਭ ਸੋਰੇ ਵਿਆਹ ਤੋਂ ਪਹਿਲੇ ਇੰਨੀ ਸਕੂਨ ਸੀਗੀ, ਮੈਂ ਜਿੰਨਾ ਮਰਜ਼ੀ ਗੱਲ ਕਰਨੀ, ਜਿੱਥੇ ਮਰਜ਼ੀ ਚਲ ਜਾਣਾ, ਜੋ ਮਰਜ਼ੀ ਖਾਣਾ ਪੀਣਾ, ਹੁਣ ਸਾਰਾ ਕੁਝ ਖਤਮ ਹੋ ਗਿਆ. ਓਏ ਹੋਏ, ਤੇ ਕਲੀਅਰ ਕੋ ਬੱਚੀ ਬੱਚਿਆਂ ਦਾ ਕੋ ਸਿਸਟਮ ਨਹੀਂ ਬਣਿਆ ਖਿਆਲ? ਪਤਾ ਨਹੀਂ ਕੀ ਯਾਰ, ਨਹੀਂ ਹੁਣ ਇਹੋ ਜਿਹੇ ਕੰਮ ਹੁੰਦਾ, ਤੇ ਉਹਦਾ ਵੀ ਸਾਰਾ ਬਲੇਮ ਮੇਰੇ ਤੇ ਪੈਂਦਾ. ਮੈਨੂੰ ਕਹਿੰਦੀ ਹੈ ਜੀ ਮੇਰਾ ਮੁੰਡਾ ਠੀਕ ਆ, ਤੈਨੂੰ ਨਹੀਂ ਰੱਬ ਨੇ ਦਿੱਤਾ, ਹੁਣ ਤੂੰ ਆਪਣਾ ਇਲਾਜ ਕਰਾਉਂਦੀ. ਫਿਰ ਹੋਰ ਕੀ, ਬੰਦਾ ਪੁੱਛੇ ਰੱਬ ਦੀ ਦੇਣ ਆ, ਅੱਲਾ ਦੀ ਕੰਮ ਨਾ, ਅੱਲਾ ਨੂੰ ਪਤਾ ਕਿ ਕੀ ਆ ਕੀ ਮੇਰਾ ਇਹਦੇ ਚ ਕੀ ਕਸੂਰ. ਯਾਰ ਇੱਕ ਤੇ ਹਰ ਗੱਲ ਤੁਸੀਂ ਰੱਬ ਦੀ ਦੇਣ, ਰੱਬ ਦੀ ਦੇਣ ਹਰ ਗੱਲ. ਅੱਲਾ ਮਾਫੀ ਚਾਹੇ, ਤੁਸੀਂ ਲੁੱਡੋ ਖੇਡਦੇ ਹੋ, ਤੇ ਤੁਸੀਂ ਖਾਣਾ ਚਾਹੀਦਾ ਹੋਵੇ ਤੁਹਾਨੂੰ, ਤੇ ਤੁਸੀਂ ਅੱਲਾ ਨੂੰ ਕਹਿਣ ਲੱਗ ਪੈਂਦੇ ਯਾਰ ਅੱਲਾ ਖਾਣਾ ਆ ਜੇ, ਯਾਰ ਅੱਲਾ ਖਾਣਾ ਆ ਜੇ. ਤੇ ਸਹੀ ਆ, ਅੱਲਾ ਉੱਤੇ ਬੈਠਾ ਤੁਹਾਨੂੰ ਖਾਣੇ ਦੇਣ ਬੈਠਾ ਅੱਲਾ. ਸਾਰਿਆਂ ਦੀ ਰੱਬ ਹੀ ਸੁਣਦਾ, ਮੇਰੀ ਵੀ ਉਹਨੇ ਸੁਣੀ, ਤੇ ਮੇਰੀ ਜਾਨ ਛੁੱਟ ਨਹੀਂ ਦੇਖਣਾ ਕਿਸੇ ਦੇ. ਪੁਰਾਣੀਆਂ ਗੱਲਾਂ ਪਤਾ, ਉਹ ਠੀਕ ਆ ਕਿ ਨਹੀਂ ਠੀਕ, ਜੋ ਕੁਛ ਕਰਦਾ ਮੈਨੂੰ ਤੇ ਨਹੀਂ ਲੱਗਦਾ ਠੀਕ. ਪਤਾ ਤੇ ਇਹਨੂੰ ਹੋਣਾ ਚਾਹੀਦਾ ਵੀ ਉਹ ਠੀਕ ਆ ਕਿ ਨਹੀਂ. ਮੈਨੂੰ ਨਹੀਂ ਪਤਾ, ਸਾਰੀ ਰਾਤ ਫੋਨ ਤੇ ਬਿਜ਼ੀ ਰਹਿੰਦਾ, ਪਤਾ ਨਹੀਂ ਕਿਹਦੇ ਨਾਲ ਉਹਨੇ ਕਿਸੇ ਹੋਰ ਨਾਲ ਹਰਿਆਲੇ ਲੱਗਾ ਰਹਿੰਦਾ, ਕਿਸੇ ਹੋਰ ਨਾਲ ਚੱਕਰ ਚੜਾਏ ਨੇ. ਦੇਖਿਆ ਅੱਲਾ ਦੀ ਲਾਠੀ ਵੇਖਿਆ ਤੇ ਸਹੀ ਆ ਬੇਵਾ. ਉਹ ਤੇ ਚੰਗਾ ਭਲਾ ਸੀ, ਉਹਨੂੰ ਕੀ ਹੋਇਆ? ਉਹ ਕਿਹਨਾਂ ਫੋਨ ਤੇ ਲੱਗਿਆ? ਨਾ ਇਹਨੂੰ ਨਹੀਂ ਸ਼ੱਕ ਕਰੀਦਾ ਹੁੰਦਾ ਕਿਸੇ? ਉਹ ਨਹੀਂ, ਉਹ ਕਿਸੇ ਨਾਲ ਫੋਨ ਤੇ ਲੱਗਾ ਰਹਿੰਦਾ, ਜਦੋਂ ਮੈਂ ਕਮਰੇ ਜਾਂਦੀ ਨਾਲ ਹੀ ਫੋਨ ਬੰਦ ਕਿਸੇ ਨਾਲ ਨਹੀਂ ਥੱਲੇ. ਉਹ ਹੀ ਤੇਰੇ ਵਾਲਾ ਹਿਸਾਬ? ਮੇਰੇ ਵਾਲਾ ਹਿਸਾਬ ਕਾਹਦਾ? ਮੈਂ ਤੇ ਕਦੀ ਨਹੀਂ ਸੀ ਡਰ ਕੇ ਸਰਾਣੇ ਥੱਲੇ ਰੱਖਿਆ, ਉਂਝ ਮੈਂ ਬੰਦ ਕਰ ਦਿੰਦੀ ਹੁੰਦੀ ਸੀ ਫੋਨ. ਮੈਨੂੰ ਕਿਉਂ ਲੱਗਿਆ ਮੇਰੇ ਤੇ? ਮੈਂ ਪਰੇਸ਼ਾਨ ਬੈਠੀ ਹਾਂ, ਤੁਹਾਨੂੰ ਹਾਸੀਆਂ ਖੇਡੀਆਂ ਹੁੰਦੀਆਂ ਪਈਆਂ ਸਾਰੀਆਂ. ਮੈਂ ਤੇਰੇ ਨਾਲ ਤੇਰਾ ਵਿਆਹ ਹੋਇਆ ਕਸਮ, ਮੈਂ ਤੈਨੂੰ ਇੱਕ ਕਾਲ ਮਿਸ ਕਾਲ ਤੂੰ ਹੀ ਕਰਦੀ, ਜਦੋਂ ਕਰਦੀ ਤੇ ਮੈਂ ਤੇਰਾ ਹਾਲ ਚਾਲ ਪੁੱਛਦਾ. ਜ਼ਰੀਨ ਅਹਿਮਦ ਲਿਖਿਆ, ਮੈਨੂੰ ਕੋਈ ਜ਼ਰੀਨਾ ਲੱਗਦੀ ਓ. ਤੁਸੀਂ ਬੰਦਾ ਪੁੱਛੇ ਚਲੋ ਜੇ ਤੁਹਾਡਾ ਪਹਿਲੇ ਤੁਸੀਂ ਜੋ ਵੀ ਚੱਕਰ ਸੀ ਜਦੋਂ ਕੁੜੀ ਮੁੰਡੇ ਦਾ ਵਿਆਹ ਹੋ ਗਿਆ, ਤੁਸੀਂ ਉਸ ਤੋਂ ਬਾਅਦ ਹੀ ਦੇ ਨਾਲ ਰਲ ਕੇ ਤੇ ਤੁਸੀਂ ਵਫਾ ਕਰ ਲਓ? ਨਹੀਂ ਕੋਈ ਨੀ, ਮੈਂ ਤੇਰਾ ਘਰ ਬਚਾਉਂਦਾ ਪਿਆ ਅੱਲਾ, ਮੈਂ ਕਾਹਤੋਂ ਬਚਾਵਾਂ ਤੇਰਾ ਘਰ?
ਤੁਸੀਂ ਮੈਂ ਛੱਡ ਕੇ ਉਹ ਆ ਆਪ ਜਾਂਦੀ ਨਹੀਂ ਹਾਂ ਸਾਰਾ ਬਚਾਉਂਦਾ ਕੁਛ, ਹੀ ਰੱਖ ਲਓ ਮੈਨੂੰ ਤੇ ਆਪਣੇ ਕੋਲ, ਤੁਸੀਂ ਨਹੀਂ ਚਾਹੁੰਦੇ ਤੇ ਜਿੰਨੀ ਮੈਂ ਤਾਂ ਦੁਖੀ ਹੋਈ ਰੱਖ ਹਾਂ। ਲਓ ਆਪਣੇ ਕੋਲ ਤੈਨੂੰ। ਅੱਛਾ ਤੂੰ ਹੁਣ ਮੇਰੀ ਗੱਲ ਸੁਣ, ਸੁਬਹਾ ਨੂੰ ਉੱਠ ਕੇ ਨਾਸ਼ਤਾ ਦਿਓ, ਦੁਪਹਿਰ ਨੂੰ ਰੋਟੀ ਦਿਓ, ਰਾਤ ਨੂੰ ਆਇਆਂ ਨੂੰ ਰੋਟੀ ਦਿਓ, ਬਸ ਦੇਣ ਦੇਣ 'ਚ ਮੇਰਾ ਟਾਈਮ ਅੱਛਾ ਲੰਘ ਰਾਤ ਜਾਂਦਾ। ਨੂੰ ਹੋਰ ਤੂੰ ਮੈਂ, ਰੋਟੀ ਦਿੰਦੀ ਹੈ? ਤੇ ਹੋਰ ਮੈਂ ਕੀ ਕਰਾਂ, ਸਾਰਿਆਂ ਦੇ ਕੰਮ ਮੈਂ ਕਰਾਂ, ਉਹਨੂੰ ਆ ਦਿਓ, ਉਹਨੂੰ ਆ ਦਿਓ, ਇਹਨੂੰ ਆ ਚਾਹੀਦਾ, ਇਹਨੂੰ ਆ ਨਹੀਂ ਮਿਲਦਾ। ਨਹੀਂ ਨਹੀਂ ਓਏ ਹੈਲੋ, ਕੀ ਅੱਲਾ ਮਾਫੀ ਦੇਵੇ, ਮਨੇ ਕਿੱਥੇ ਤੁਹਾਡਾ ਘਰ ਆ? ਸਵੇਰ ਨੂੰ ਉਹਨੂੰ ਰੋਟੀ ਦਿਓ, ਰਾਤ ਨੂੰ ਉਹਨੂੰ ਰੋਟੀ ਦਿਓ, ਸਵੇਰ ਨੂੰ ਉਹਨੂੰ ਰੋਟੀ ਦਿਓ, ਰਾਤ ਨੂੰ ਫਿਰ ਉਹਨੂੰ ਰੋਟੀ ਸਹੀ ਦਿਓ। ਹੈ ਨਾ, ਹੁਣ ਰੋਟੀ ਸਾਰੀ ਮੈਂ ਤੇ ਬਣਾਉਂਦੀ ਹਾਂ। ਅੱਲਾ ਮਾਫੀ ਦੇਵੇ, ਤੁਸੀਂ ਕਿਤੇ ਉਸ ਟਾਈਮ ਮੇਰੀ ਸੁਣੀ ਹੁੰਦੀ ਨਾ ਤੇ ਮੈਂ ਐਡੀ ਖੁਸ਼ਹਾਲ ਰਹਿੰਦਾ ਸੀ ਤੁਹਾਡੇ ਨਾਲ। ਨਹੀਂ ਤੇ ਹੋ ਸਕਦਾ ਰੋਟੀ ਤੂੰ ਨਾ ਸਹੀ ਦਿੰਦੀ ਹੋਵੇ ਬੰਦੇ ਨੂੰ, ਸਹੀ ਆ ਕੱਕੀ ਜਿੱਦਾਂ ਪੱਕੀ ਲਾ ਦਿੰਦੀ ਹੋਵੇ ਤੂੰ, ਮਤਲਬ ਕਦੀ ਬਿੰਗੀ ਜਿੱਦੀ। ਮੈਂ ਗੋਲ ਰੋਟੀ ਉਹਨੂੰ ਪਸੰਦ ਆ, ਉਂਝ ਦੀ ਰੋਟੀ ਬਣਾ ਕੇ ਦਿੰਦੀ ਜਿੱਦਾਂ ਕਹਿੰਦਾ ਉਦੀ ਮੈਂ ਬਣਾ ਕੇ ਦੇ ਦਿੰਦੀ। ਮੈਂ ਤੇ ਕਦੀ ਉਹਨੂੰ ਨਾ ਨਹੀਂ ਕੀਤੀ ਕਿ ਨਹੀਂ ਭਾਈ ਅੱਜ ਨਹੀਂ ਮੈਂ ਰੋਟੀ ਬਣਾ ਕੇ ਦੇਣੀ, ਬਾਜ਼ਾਰੋਂ ਖਾ ਲਾ ਬਾਹਰੋਂ ਖਾ ਲਾ, ਮੈਂ ਤੇ ਆਪ ਕਹਿੰਦੀ ਹਾਂ ਬਾਹਰੋਂ ਨਾ ਖਾਵੇ, ਘਰੋਂ ਹੀ ਖਾਵੇ ਜੋ ਖਾਣਾ ਇਹਨੇ। ਪਤਾ ਕੀ ਆ, ਇਹ ਮਰਦਾਂ ਦੀ ਬਿਮਾਰੀ ਹੁੰਦੀ ਆ, ਮਰਦ ਨਾ ਇੱਕ ਜ਼ੈਕਾ ਚੱਕ ਚੱਕ ਕੇ ਨਾ ਘਰ ਦਾ ਰੋਟੀ, ਇਹਨਾਂ ਨੂੰ 5-7 ਦਿਨਾਂ ਬਾਅਦ ਨਾ ਇਹਨਾਂ ਨੂੰ ਬਿਮਾਰੀ ਹੁੰਦੀ, ਇਹਨਾਂ ਨੇ ਬਾਹਰ ਦਾ ਚਸਕਾ ਇਹਨਾਂ ਨੂੰ ਲੱਗ ਜਾਂਦਾ ਕਈ। ਸਹੀ ਹੈ, ਫਿਰ ਨਾਲ ਮੈਨੂੰ ਵੀ ਲੈ ਕੇ ਜਾਇਆ ਕਰੇ ਨਾ, ਮੇਰਾ ਵੀ ਦਿਲ ਕਰਦਾ ਬਾਹਰ ਦੇ ਖਾਣੇ ਖਾਣ ਨੂੰ, ਮੈਂ ਘਰ ਦੀ ਦਾਲ ਰੋਟੀ ਖਾਂਦੀ ਰਹਾਂ ਮੈਂ। ਇਹਨੂੰ ਨਾਲ ਲੈ ਕੇ ਆ ਤੇ ਫਿਰ ਕਿੱਦਾਂ ਰੋਟੀ ਨਾ ਖਾਣੀ? ਉਹੀ ਨਾ, ਫਿਰ ਬਾਹਰ ਨਹੀਂ ਜੋ ਗਈ ਹੈ ਸਾਰਾ ਕੁਛ, ਮੈਂ ਘਰ ਆਉਂਦੀ ਬੈਠੀ ਮਰੀ ਰਵਾਂ। ਉਹਨਾਂ ਨੂੰ ਦੇ ਦੇਵਾਂਗੇ ਰੋਟੀਆਂ ਪਕਾ 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 ਖਾ ਕੇ ਤਵਾ ਵੀ ਕਾਲਾ ਹੋ ਜਾਂਦਾ। ਤੁਸੀਂ ਕਾਲੇ ਰੰਗ ਦੀ ਗੱਲ ਨਾ ਕਰੋ, ਮੈਨੂੰ ਪਹਿਲੇ ਹੀ ਬੜਾ ਗੁੱਸਾ ਹੈ ਤੁਹਾਡੇ ਤੇ, ਉਦੋਂ ਕੋਈ 4 ਕਰੀਮਾਂ ਮੈਂ ਲਾਉਂਦੇ ਮੈਂ ਇੱਥੇ ਤੱਕ ਬਕਵਾਸ ਪਹੁੰਚ ਨਹੀਂ ਕੀਤੀ, ਨਾ ਮੈਂ ਤੇਰੇ ਚਪੇੜਾ ਮਾਰਾਂਗਾ, ਮੇਰੇ ਰੰਗ ਤੋਂ ਗੱਲ ਕੀਤੀ, ਹੁਣ ਮੈਂ ਬਹੁਤ ਚਿੱਟਾ ਹੋ ਗਿਆ ਹਾਂ। ਚਿੱਟਾ ਹੋ ਗਿਆ ਹੋਣਾ ਹੀ ਸੀਗਾ ਚਿੱਟੇ ਤੁਸੀਂ, ਹੁਣ ਹਾਂ ਮੇਰਾ ਜੋ ਚਿੱਟਾ ਹੋ ਗਿਆ, ਕਾਲਾ ਹੋ ਗਿਆ ਸਾਰਾ। ਚੰਗਾ ਹੋਇਆ ਨਾ, ਮੇਰੇ ਨਸੀਬਾਂ ਨੂੰ ਧੂੰਆਂ ਫੇਰ ਕੇ ਤੇ ਆਪ ਦੇ ਚਿੱਟੇ ਹੋ ਗਏ। ਮੈਂ ਤਾਂ ਇੱਕ ਵਾਰੀ ਵੀ ਨਹੀਂ ਫੇਰਿਆ ਤੇਰੇ ਨਸੀਬਾਂ ਨੂੰ ਧੂੰਆਂ, ਤੂੰ ਫੇਰਿਆ ਨਹੀਂ ਦਿੱਤਾ। ਤੁਹਾਡੇ ਕੋਲ ਇਸ਼ਕ ਦੀ ਅੱਗ ਬੱਲੀ ਨਹੀਂ ਚੰਗੀ ਤਰ੍ਹਾਂ, ਕੀ ਸੀ ਜਾਂ ਤੁਸੀਂ ਇਸ਼ਕ ਦੀ ਅੱਗ ਬਹੁਤੀ ਸੇਕ ਲਈ ਕਿ ਰੰਗ ਸਾਰਾ ਇਹੋ ਜਿਹਾ, ਤੇ ਹੁਣ ਕੀ ਫਾਇਦਾ ਚਿੱਟੇ ਤੇਰੇ ਰੰਗ ਕੀ ਦਾ? ਤਕਲੀਫ ਸੀ ਤੇ ਮੇਰੇ ਰੰਗ ਨੂੰ ਕੋਈ ਗੱਲ ਕਰਦੀ ਆ, ਆ ਲੈ ਲਿਆ ਦਾ ਚਿੱਟੇ ਰੰਗ ਵਾਲਾ, ਕੀ ਕਰ ਲਿਆ ਲੈ ਕੇ ਚਿੱਟਾ? ਅੱਛਾ ਹੁਣ ਤੇਰੇ ਕੋਲ ਬੱਚਾ ਹੋਇਆ? ਬੱਚਾ ਇੱਥੇ ਹੋਇਆ, ਬੱਚਾ ਕੁਛ ਹੋਇਆ ਕਿ ਨਹੀਂ ਗੱਲ ਤੇਰੇ, ਦੇ ਇਹ ਕੀ ਵਜ੍ਹਾ ਵਾ ਕਿ ਤੇਰੇ ਕੋਈ ਜੋੜੀਆਂ ਲਾ ਦੇ ਰਿਹਾ ਤੈਨੂੰ ਰੱਬ? ਵੈਸੇ ਰੱਬ ਨਾਰਾਜ਼ ਆ ਮੇਰੇ ਤੋਂ, ਤੂੰ ਮਨਾ ਰੱਬ ਨੂੰ, ਸਹੀ ਗੱਲ ਆ, ਨਾਰਾਜ਼ ਹੀ ਹੋਣਾ ਮੈਂ। ਰੱਬ ਮੰਨ ਜਾਂਦਾ, ਮੇਰਾ ਬੰਦਾ ਨਹੀਂ ਮੰਨਦਾ, ਉਹਨੂੰ ਬਾਹਰ ਲਈ ਤਾਂ ਫੁਰਸਤ ਨਹੀਂ ਮਿਲਦੀ। ਰੱਬ ਮੰਨ ਜਾਂਦਾ ਯਾਰ ਨੂੰ ਮਨਾਉਣਾ ਔਖਾ ਹੈ? ਹਾਂਜੀ ਔਖਾ ਕੀ ਬਲਕਿ ਧੋਖਾ ਹੈ। ਅੱਛਾ ਗੁਬਾਨ ਤੇਰੀ ਹੱਲ ਵੀ ਉਦਾਂ ਕੁੱਤੇ ਵਾਂਗੂ ਟਕ 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 ਹੀ ਚੱਲਦੀ, ਮੈਂ ਹਿਸਾਬ ਲਾਇਆ ਤੇਰਾ, ਇਹ ਨਹੀਂ ਕਦੀ ਬੰਦ ਹੋ ਸਕਦੀ, ਮੈਨੂੰ ਲੱਗਦਾ ਇਹਦੀ ਵਜ੍ਹਾ ਤੋਂ ਤੂੰ ਛਿੱਤਰ ਖਾ ਰਹੀ। ਛਿੱਤਰ ਮਾਰੇ ਤਾਂ ਸਿੰਘ ਉਹਦੇ ਵਿੱਚੋਂ ਨਾ, ਰੰਗ ਜੋ ਹੱਥ ਲਾਵੇ ਮੈਨੂੰ ਕਿਵੇਂ ਲੱਗਦਾ? ਉਹ ਛਿੱਤਰ ਇਹਨੂੰ ਹੀ ਕਹਿੰਦੇ ਨੇ ਪੰਜਾਬੀ 'ਚ, ਛਿੱਤਰ ਖਾਣੇ ਇਹਨੂੰ ਹੀ ਕਹਿੰਦੇ ਨੇ, ਹੋਰ ਛਿੱਤਰ ਕੋਈ ਪ੍ਰੈਕਟੀਕਲੀ ਕੀ ਕਰੀ ਜੋ ਕੀ ਉਹਨੂੰ ਕਹਿੰਦੇ ਨੇ ਪ੍ਰੈਕਟੀਕਲੀ ਪ੍ਰੈਕਟ ਕੀ ਕਹਿੰਦੇ ਨੇ, ਬਸ ਕਰੋ ਇੱਕੋ ਸਾਇਨ ਦਾ ਚੱਲ ਜਾਣਾ ਪ੍ਰੈਕਟੀਕਲੀ। ਹਾਂ ਜੀ ਪ੍ਰੈਕਟੀਕਲੀ ਛਿੱਤਰ ਨੂੰ ਆਈ ਤੇ ਛਿੱਤਰ ਇਹਨੂੰ ਹੀ ਕਹਿੰਦੇ ਨੇ, ਵੀ ਸੱਸ ਦਲੀਲ ਕਰਦੀ ਸਹੁਰਾ ਜਿਹੜੇ ਇਹ ਕਹਿੰਦੇ ਸਾਡੀ ਨੌ ਸਾਨੂੰ ਛਿੱਤਰ ਧਰਾ ਕੇ ਰੋਟੀ ਦਿੰਦੀ, ਉਹ ਕਈ ਲੋਕੀ ਕਹਿੰਦੇ ਸਾਡੀ ਨੌ ਸਾਨੂੰ ਜੁੱਤੀ ਧਰਾ ਕੇ ਰੋਟੀ ਦਿੰਦੀ, ਇਹਦਾ ਮਤਲਬ ਇਹ ਤੇ ਨਹੀਂ ਨਾ। ਸੱਸਾਂ ਤੇ ਇਹੀ ਕਹਿੰਦੀਆਂ, ਜਦੋਂ ਮੈਂ ਨੌ ਸੀ ਮੈਨੂੰ ਸੱਸ ਨਹੀਂ ਚੰਗੀ ਲੱਭੀ, ਹੁਣ ਮੈਨੂੰ ਨੌ ਨਹੀਂ ਚੰਗੀ ਲੱਭੀ, ਇਹ ਆਪ ਅੱਛਾ ਹੁਣ ਚੱਲ, ਹੋਈ ਤੂੰ ਕਦੀ ਤੈਨੂੰ ਜ਼ਿੰਦਗੀ 'ਚ ਕਦੀ ਫੋਨ ਕਰ ਲਓ, ਤੇਰਾ ਰੰਡੀ ਰੋਣਾ ਹੀ ਰਹਿੰਦਾ ਅੱਗੋਂ, ਤੂੰ ਕਦੀ ਖੁਸ਼ ਨਹੀਂ ਹੋਈ ਕਿਸੇ ਤੋਂ, ਨਾ ਮੇਰੇ ਤੋਂ ਸੀ ਨਾ ਅਗਲੇ ਬੰਦੇ ਤੋਂ ਤੁਹਾਡੇ ਤੋਂ, ਨਾ ਮੈਂ ਖੁਸ਼ ਬਾਕੀਆਂ ਸੀਗੀ ਬਸ ਤੋਂ ਮੇਰੇ ਸੀ, ਘਰ ਲੈਣੀ ਸੀ ਖੁਸ਼ ਤੁਹਾਡੇ ਤੋਂ, ਉਹ ਘਰ ਰਹਿ ਨਾ ਕਰਦਿਆਂ ਨੇ ਸੀ ਕਿ ਤੂੰ ਸੀ, ਤੂੰ ਤਾਂ ਖੁਸ਼ ਸੀ ਜਿੰਨਾ ਜੋ ਹੁੰਦਾ ਔਰਤ ਤੇ ਜ਼ੁਲਮ, ਜਦੋਂ ਦੇਖ ਲਓ ਔਰਤ ਨੂੰ ਇੰਜ ਬੁੱਢੀਆਂ ਨੂੰ ਸਾਰੇ ਘੁੱਟੀ ਫਿਰਦੇ, ਚੰਗੀਆਂ ਨਾ ਫਿਰ ਰੌਲਾਪਾ ਨਿਕਲੀ, ਹੁਣ ਬਾਹਰ ਮੇਰਾ ਜਿਸਮ ਤੇ ਮੇਰੀ ਮਰਜ਼ੀ, ਚੰਗਾ ਕਹਿ ਰਹੀਆਂ ਉਹ ਬਕਵਾਸ ਬੰਦ ਕਰ, ਮੇਰਾ ਜਿਸਮ ਮੇਰੀ ਮਰਜ਼ੀ, ਤੇਰਾ ਜਿਸਮ ਤੇਰੀ ਮਰਜ਼ੀ, ਤੇਰੇ ਜਿਸਮ ਮੈਂ ਹੈ ਕਿਆ ਬੀਬੀ, ਤੇਰੇ ਜਿਸਮ ਮੈਂ ਹੈ ਕਿਆ, ਥੂਕਦਾ ਨਹੀਂ ਕੋਈ ਤੁਹਾਡੇ ਜਿਸਮ ਤੇ, ਦੇਖ ਲੀਲੂ ਰਹਿਮਾਨ ਥੂਕਦਾ ਨਹੀਂ ਕੋਈ ਤੁਹਾਡੇ ਜਿਸਮ ਤੇ, ਆਹ ਸ਼ਗਤ ਅਬ ਬਕਵਾਸ ਬੰਦ ਕਰੋ, ਲੱਗਦਾ ਸਾਰੀ ਤੇਰਾ ਜਿਸਮ ਤੇਰੀ ਮਰਜ਼ੀ, ਇਹ ਡਾਇਲੋਗ ਸੁਣਿਆ ਨਾ ਤੁਮਨੇ ਕਦੀ? ਮੈਂ ਸਾਰਾ ਕੁਝ ਸੁਣਿਆ, ਹਾਂ ਮੈਂ ਕਿਹਾ ਤੂੰ ਇਹ ਨਾ ਸਮਝੀ ਮੈਂ ਤੈਨੂੰ ਕਹਿ ਲਿਆ, ਲੇਕਿਨ ਇਹ ਬਹੁਤ ਹੈ ਬਕਵਾਸ, ਨੈਕਸਟ ਮੇਰਾ ਕਿਹੜੀ ਕਰਨੀ, ਮੇਰਾ ਜਿਸਮ ਮੇਰੀ ਮਰਜ਼ੀ ਵਾਲੀ, ਯਾਰ ਜੇ ਸਮਝ ਤੁਸੀਂ ਆਈ? ਔਰਤ ਨੂੰ ਕੁੱਟੀ ਨੱਪੀ ਜਾਣਾ ਫਿਰ ਰੋਲਾ ਤੇ ਪਾਣਾ ਕਿ ਨਹੀਂ, ਮੇਰਾ ਵੀ ਦਿਲ ਕਰਦਾ, ਮੇਰੀ ਵੀ ਸਾਡੀ, ਮੈਨੂੰ ਵੀ ਸਾਡੀ ਚੁੱਕ ਚ ਚਾਹੀਦੀ, ਉਹ ਮੇਰੀ ਗੱਲ ਸੁਣੋ, ਮੇਰਾ ਜਿਸਮ ਮੇਰੀ ਮਰਜ਼ੀ, ਮੇਰੀ ਗੱਲ ਸੁਣ, ਇਹ ਮਰਜ਼ੀ ਬਾਲਮਾ ਤੁਝਕੋ ਮੇਰਾ ਮਨ ਯਾਦ ਕਰਤਾ ਹੈ, ਮੇਰੀ ਗੱਲ ਸੁਣ, ਤੇਰਾ ਜਿਸਮ ਏਡਾ, ਤੇਰੇ ਜਿਸਮ ਮੇ ਹੈ ਕਿਆ ਬੀਬੀ, ਚਲੋ ਉਹਦੀਆਂ ਲਾਈਨਾਂ ਰਟੀਆਂ, ਉਹਨੂੰ ਪਵਾ ਉਹ ਪਵਾ ਆਪ ਆ ਕੇ ਪੁੱਛੇ ਭਰਾ ਮੈਂ ਗਲਤ ਕਹਿ ਬੈਠਾ, ਮੇਰੀ ਹੀ ਗਈ ਜਾਨਾ, ਅੱਛਾ ਹੈ ਤੂੰ ਵੈਸੇ ਫੁੱਲ ਡੇਜ਼ ਦੀ ਅੱਜ ਵੀ ਕਰਦੇ ਪੂਰੇ, ਅੱਛਾ ਮੇਰੇ ਨਾਲ ਹੀ ਇੱਦਾਂ ਚੁਗਲ ਮੇਲਾ ਕਰਦੀ ਹੈ ਜਾਂ
ਬਿਜ਼ਨਸ ਵੀ ਫਿਰਦਾ, ਮੈਨੂੰ ਪਤਾ ਨਹੀਂ ਸੀਗਾ, ਮੈਨੂੰ ਸੀ ਬੜਾ ਵੱਡਾ ਬਿਜ਼ਨਸ ਵਾਲਾ ਹੋਣਾ, ਸਹੀ ਗੱਲ ਪਤਾ ਹੈ। ਲੱਗ ਗਿਆ ਮੈਨੂੰ ਕਿੰਨਾ ਕੁ ਬਿਜ਼ਨਸ ਹੈ ਉਹਦਾ। ਮੋਟੀ ਪੈਨ, ਬਰੀਕ ਪੈਨ, ਹਾਂ ਦਰਮਿਆਨੀ ਪੈਨ। ਅੱਛਾ ਅੱਛਾ ਠੀਕ ਹੋ ਗਿਆ, ਚਲੋ ਬਹਰਾਲ ਮੇਰਾ ਜਿਸਮ ਮੇਰੀ ਮਰਜ਼ੀ ਵਾਲੀ ਜਿਹੜੀ ਬਕਵਾਸ ਹੈ ਨਾ, ਇਹਦੇ 'ਚ ਤਵੱਜੋ ਨਹੀਂ ਕਰਨੀ, ਇਹ ਕੋਈ ਮੇਰਾ ਜਿਸਮ ਮੇਰੀ ਮਰਜ਼ੀ ਨਹੀਂ ਹੁੰਦੀ, ਇਹ ਜੇ ਮੇਰਾ ਜਿਸਮ ਮੇਰੀ ਮਰਜ਼ੀ ਜਿੱਦਾਂ ਔਰਤਾਂ ਦਾ ਹੁੰਦਾ, ਉਹ ਤਾਂ ਮਰਦਾਂ ਦਾ ਵੀ ਹੁੰਦਾ, ਬੱਚਿਆਂ ਨਾਲ ਜਾਤੀਆਂ ਹੁੰਦੀਆਂ ਮਸਜਿਦਾਂ ਦੇ ਵਿੱਚ, ਫੈਕਟਰੀਆਂ ਦੇ ਵਿੱਚ, ਕਾਰਖਾਨਿਆਂ ਦੇ ਵਿੱਚ, ਜਿੱਥੇ ਕੰਮ ਕਰਨ ਜਾਂਦੇ ਉੱਥੇ ਚਾਹ ਵਾਲੇ ਹੋਟਲਾਂ 'ਚ, ਛੋਟੇ ਛੋਟੇ 12-12-13 ਸਾਲ ਦੇ ਬੱਚੇ, ਇਹਨਾਂ ਨਾਲ ਜਦੋਂ ਜਾਤੀਆਂ ਨੇ ਉਦੋਂ ਤੁਹਾਡੀ ਚੀਜ਼ ਨਿਕਲੀ ਹੁੰਦੀ ਹੈ, ਫਿਰ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੋ ਨਾ, ਤੁਸੀਂ ਆਪਣਾ ਜਿਸਮ ਆਪਣੀ ਮਰਜ਼ੀ ਕਰ ਲਿਆ ਲਹਿਰਾ ਹੀ, ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲੋ, ਬਣਾਓ ਜਿਹਦੇ ਵਿੱਚ ਜਿੰਨਾ ਵਿਦਿਆਰਥੀ ਹੋ ਰਹੀ, ਭਾਵੇਂ ਉਹ ਮਰਦਾ ਔਰਤ ਦਾ ਬੱਚਾ, ਸਾਰੇ ਬਾਲ ਚੁੱਕੋ ਤਾਂ ਕਿ ਤੁਹਾਡੇ ਨਾਲ ਮਰਦ ਵੀ ਹੋਣ, ਕੱਲੀ ਮੇਰਾ ਜਿਸਮ ਕਿਹਾ ਜੀ ਉਹ ਮਰੇ, ਮੈਂ ਕਿਹੜਾ ਤੇਰਾ ਨਾਲ ਜਿਸਮ ਮਰਦ ਮਰਦਾ, ਵੀ ਤੇ ਸੀਗੇ, ਮੈਂ ਉਦਨ ਵੀਡੀਓ ਦੇਖੀ ਇੰਨੇ ਨਾਲ ਉਹਦੇ ਮੁੰਡੇ ਵੀ ਸੀਗੇ ਜਿਨ੍ਹਾਂ ਨਾਲ ਹੋਈਆਂ, ਉਹ ਵੀ ਨਾਲ ਹੀ ਫਿਰਦੇ ਪਏ। ਉਹ ਆਹੋ ਮੈਨੂੰ ਪਤਾ ਜਿਹੜੇ ਨਾਲ ਬੈਠੀ ਹੈ, ਅੱਲਾ ਮਾਫੀ ਦੇਵੇ, ਉਹ ਵੀ ਹੋਰ ਚੱਕਰਾਂ ਦੇ ਵਿੱਚ ਹੀ ਹੁੰਦੇ ਆ ਕਿ ਕਾਹ ਇਹਦਾ ਜਿਸਮ ਮੇਰੀ ਮਰਜ਼ੀ ਹੋ ਜਾਵੇ ਮੈਂ ਤੇਰੇ ਨਾਲ ਚੱਲ। ਉਹ ਪਹਿਲਾਂ ਕਹਿੰਦੇ ਕਿ ਠੀਕ ਆ ਅਸੀਂ ਤੁਹਾਡੇ ਨਾਲ ਧਰਨੇ 'ਚ ਜਾਵਾਂਗੇ, ਅਸੀਂ ਤੁਹਾਡੇ ਨਾਲ ਮਾਰਚ ਵੀ ਜਾਵਾਂਗੇ, ਲੇਕਿਨ ਫਿਰ ਅੱਧਾ ਕੁ ਘੰਟਾ ਤੁਹਾਡਾ ਜਿਸਮ ਸਾਡੀ ਮਰਜ਼ੀ, ਰਲ ਕੇ ਜਸ਼ਨ ਮਨਾਵਾਂਗੇ ਹੈ। ਹਾਂ ਅੱਧਾ ਕੁ ਘੰਟਾ ਕੁ ਜੇ ਤੁਹਾਡਾ ਜਿਸਮ ਸਾਡੀ ਮਰਜ਼ੀ ਹੋਏਗੀ, ਤੇ ਫਿਰ ਅਸੀਂ ਪੂਰਾ ਦਿਨ ਤੁਹਾਡਾ ਜਿਸਮ ਤੁਹਾਡੀ ਮਰਜ਼ੀ ਤੇ ਨਾਰੇ ਮਾਰਾਂਗੇ। ਤੁਸੀਂ ਦੱਸੋ ਸਾਰੇ ਭੂੜ ਨੇ ਜਿਹੜੇ ਜਾਂਦੇ ਨੇ, ਆਹੋ ਇੱਦਾਂ ਹੀ ਆ, ਉਹਨਾਂ ਦੀ ਆਪਣੀ ਸਕੀ ਮਾਂ ਭੈਣ ਨਾਲ ਹੋਵੇ, ਹੈ ਕਵੇ ਹਾਂ ਤੇ ਉਹ ਕਹਿਣਗੇ ਚੱਲ ਤਮਾ ਜੋ ਘਰ, ਤੇ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਮੇਰਾ ਜਿਸਮ ਮੇਰੀ ਮਰਜ਼ੀ ਤੇ ਨਾਰੇ ਮਾਰਦੇ, ਘਰੋਂ ਆਪਣੀ ਵੀ ਭੈਣ ਲੈ ਕੇ ਉਹਨਾਂ ਕਿ ਚੱਲ ਤੂੰ ਵੀ ਬਾਜੀ ਅੱਗੇ ਹੋ ਕੇ ਤੇ ਨਾਰੇ ਮਾਰ, ਆਪਣੀਆਂ ਛੱਡ ਹੁੰਦੇ ਆ ਨਾ ਕਿਸੇ ਕੋਲ ਤੇ ਕਿਸੇ ਦੀਆਂ ਲੈ ਹੁੰਦੇ, ਇਹੀ ਤਾਂ ਗੱਲ ਆ ਕਿ ਬਾਰਾਂ ਲੈ ਜਾਂਦੇ, ਵਿਦਿਆਰਥੀਆਂ ਬੰਦਿਆਂ ਦਾ ਵੀ ਬਹੁਤ ਹੁੰਦੀਆਂ, ਮੈਂ ਕਈ ਬੰਦੇ ਦੇਖੇ ਜਿਹੜੇ ਬੁੱਢੀਆਂ ਕੋ ਕੁੱਟ ਖਾਂਦੇ, ਮੈਂ ਕਈ ਬੰਦੇ ਦੇਖੇ ਜਿਹੜੇ ਬੁੱਢੀਆਂ ਦੇ ਥੱਲੇ ਲੱਗੇ, ਮੈਂ ਕਈ ਬੰਦੇ, ਹਜ਼ਾਰਾਂ ਘਰ ਐਸੇ ਨੇ ਜਿੱਥੇ ਬੁੱਢੀਆਂ ਦੀ ਹੁੰਦੀ ਹਕੂਮਤ ਹੁੰਦੀ ਘਰਾਂ ਦੇ ਵਿੱਚ, ਤੁਸੀਂ ਐਵੇਂ ਛੋਟਾ ਜਿਹਾ ਇੱਕ ਇਸ਼ੂ, ਛੋਟਾ ਜਿਹਾ ਇੱਕ ਰੇਸ਼ੋ ਹੈਗੀ, ਇਹਨੂੰ ਲੈ ਕੇ ਤੇ ਤੁਸੀਂ ਸਾਰੇ ਦੁਨੀਆਂ ਦੇ ਉੱਪਰ ਉਹਨੂੰ ਉਹ ਕਰਨ ਦੀ ਕੋਸ਼ਿਸ਼ ਕਰੀ ਜਾਂਦੀਆਂ ਕੁੜੀਆਂ, ਬਸ ਇਹ ਇਹਨਾਂ ਨੂੰ ਸ਼ਰਮ ਚਾਹੀਦੀ ਨਾ, ਮੈਂ ਤੇ ਨਹੀਂ ਨਾਲ ਰਲੀ ਇਹਨਾਂ ਦੇ, ਮੈਂ ਤੇ ਉਹ ਜੀ ਗੱਲ ਕੀਤੀ ਤੁਸੀਂ ਮੇਰੇ ਪਿੱਛੇ ਨਾ ਪੈ ਜਾਓ, ਤੇਰਾ ਮੇਰੀ ਗੱਲ ਸੁਣ, ਤੇਰੇ ਨੌ ਵੱਧਦੇ ਆ ਵੱਧਦੇ ਆ, ਤੂੰ ਜੇ ਮੈਂ ਤੈਨੂੰ ਕਹਾਂ ਕਿ ਤੇਰਾ ਜਿਸਮ ਤੇਰੀ ਮਰਜ਼ੀ, ਤੂੰ ਆਪਣੀ ਮਰਜ਼ੀ ਨਾਲ ਆਪਣੇ ਜਿਸਮ ਤੇ ਨਾਖੂਨ ਰੋਕ ਬਦਲੇ, ਤੂੰ ਰੋਕ ਲੇਂਗੀ? ਨਹੀਂ ਕਦੀ ਵੀ ਨਹੀਂ ਰੁਕਨੇ, ਇਹ ਤੇ ਜੇ ਨਾ ਨਾ ਫੇਰ ਕਾਲਾ ਤੇਰਾ, ਫੇਰ ਤੇਰੀ ਮਰਜ਼ੀ ਕਾ ਵੀ, ਫਿਰ ਸੋਚ ਕੇ ਮੇਰੇ ਜਿਸਮ ਤੇ ਕੋਈ ਹੈਗਾ ਐਸਾ ਜਿਹਦੀ ਮਰਜ਼ੀ ਚੱਲ ਰਹੀ ਹੈ। ਅੱਛਾ ਦੂਜੀ ਗੱਲ, ਤੇਰੇ ਜਿਸਮ ਦੇ ਵਾਲ ਉੱਗਦੇ ਆ? ਉੱਗਦੇ ਆ ਸਿਰ ਤੋਂ ਪੈਰਾਂ ਤੱਕ ਸਾਰੇ ਉੱਗਦੇ ਵਾਲ, ਤੇ ਤੂੰ ਮਤਲਬ ਹੁੰਦੀ ਨਾ ਟੈਂਸ਼ਨ, ਕਿਆ ਪੂਰੀਆਂ ਜਿਹੜੀਆਂ ਬਲੀਚ ਕਰਦੀਆਂ ਤੇ ਵਾਲ ਲੱਤਾਂ ਤੇ ਸਾਰੀਆਂ ਲਾਉਂਦੀਆਂ, ਬਾਜੂਆਂ ਤੋਂ ਵਾਲ ਵੈਕਸ ਕਰਦੀਆਂ, ਕਿੰਨੇ ਅਜ਼ਾਬ ਨਾਲ ਦਰਦ ਵੀ ਚੱਲਦੀਆਂ ਨਾ, ਬਾਕੀ ਬਾਕੀ ਤੇ ਫਿਰ ਜੇ ਇਹਨਾਂ ਦਾ ਮਰਜ਼ੀ, ਇਹਨਾਂ ਦਾ ਜਿਸਮ ਇਹਨਾਂ ਦੀ ਮਰਜ਼ੀ, ਤੇ ਇਹਨਾਂ ਨੂੰ ਕਿਹਾ ਹੈ ਕਿ ਆਪਣੀ ਮਰਜ਼ੀ ਤੋਂ ਨਾਲ ਵਾਲ ਅੰਦਰੋਂ ਨਿਕਲਣੇ ਬੰਦ ਕਰਨ, ਕਰ ਸਕਦੀਆਂ ਨੇ? ਕਰ ਸਕਦੀ ਤੂੰ? ਕਦੀ ਵੀ ਨਹੀਂ ਹੋਣਾ ਅੱਜ, ਤੇ ਫਿਰ ਤੇਰੀ ਮਰਜ਼ੀ ਕਾਹਦੀ ਹੋਈ? ਜੇ ਤੇਰੀ ਮਰਜ਼ੀ ਹੈ ਤੇ ਵਾਲ ਨਿਕਲਣੇ ਬੰਦ ਕਰਾ, ਫਿਰ ਉਹ ਕੌਣ ਆ ਪਿੱਛੇ ਬੈਠਾ ਜਿਹੜਾ ਤੇਰੇ ਜਿਸਮ ਚੋਂ ਵਾਲ ਕੱਢਦਾ, ਜਿਹੜੀ ਤੇਰੀ ਗਰੋਥ ਕਰਦਾ? ਉਹ ਤੇ ਫਿਰ ਲਾ ਦੀ ਜ਼ਾਤ ਆ, ਤੇਰਾ ਜਿਸਮ ਤੇਰੀ ਮਰਜ਼ੀ ਹੋਣਾ, ਤੂੰ ਕਾਲੇ ਰੰਗ ਦੀ ਇੱਕ ਮਿਸਾਲ ਆ, ਮਰਦ ਵੀ ਹੋ ਸਕਦਾ। ਅੱਛਾ ਉਹ ਬਗੈਰ ਤੇ ਗੱਲ ਤਾਂ ਪੂਰੀ ਸੁਣ ਲਾ, ਅੱਛਾ ਪਿੱਛੇ ਕੁੱਤਿਆਂ ਨੂੰ ਭੌਂਕੀ ਜਾਂਦੀ ਆ ਤੂੰ, ਜਦੋਂ ਤੇਰੇ ਨਾਲ ਗੱਲ ਕਰ ਲਓ ਤੈਨੂੰ ਇਹੀ ਤਕਲੀਫ ਆ, ਤੂੰ ਭੌਂਕੀ ਜਾਂਦੀ ਆ, ਆਪਣਾ ਹੀ ਵੇਖ ਪਾਇਆ ਹੁੰਦਾ ਤੂੰ ਰੰਡੀ ਰੋਣਾ ਮੇਰੀ, ਮੈਂ ਤੈਨੂੰ ਕਹਿ ਰਿਹਾ ਤੂੰ ਜੋ ਕਿਹਾ ਕਿ ਉਹ ਚੰਗੀਆਂ ਨੇ ਮੇਰਾ ਜਿਸਮ ਮੇਰੀ ਮਰਜ਼ੀ, ਮੇਰੀ ਤੂੰ ਪੂਛ ਤੇ ਪੈਰ ਰੱਖ ਦਿੱਤਾ, ਤੂੰ ਮੈਨੂੰ ਦੱਸ ਵੀ ਜਿਹੜੇ ਵਾਲ ਉੱਗਦੇ ਨੇ ਤੂੰ ਕਹਿੰਦੀ ਆ ਕਿ ਕੋਈ ਹੋਰ ਆ ਜਿਹੜਾ ਉਗਾਉਂਦਾ ਵਾ, ਕੌਣ ਆ ਉਹ? ਅੱਲਾ ਦੀ ਕਿਹਦੀ ਮਰਜ਼ੀ ਨਾਲ ਉੱਗਦੇ ਆ? ਤੇਰੀ ਮਰਜ਼ੀ ਨਾਲ ਉੱਗਦੇ ਆ? ਅੱਲਾ ਹੀ ਗਾਉਂਦਾ ਸਾਰਿਆਂ ਦੇ ਵਾਲ ਸਾਰਾ ਕੁਛ, ਅੱਲਾ ਹੀ ਗਾਉਂਦਾ ਸਾਰਿਆਂ ਦੇ ਬਾਜ, ਮੇਜਾ ਜੀ ਛੰਮੇ ਜੀ ਨੱਚੀ, ਤੇਰੀ ਮਰਜ਼ੀ ਤੇਰੇ ਜਿਸਮ ਦੇ ਹੋਵੇ ਨਾ, ਤੇ ਤੇਰਾ ਕਈਆਂ ਕੁੜੀਆਂ ਦਾ ਨੱਕ ਮੋਟਾ ਹੁੰਦਾ, ਬਦ ਸੂਰਤ ਹੁੰਦੀ, ਉਹਨਾਂ ਨੂੰ ਕਹਿ ਆਪਣੀ ਮਰਜ਼ੀ ਨਾਲ ਠੀਕ ਕਰਾ ਕੇ ਦਿਖਾਓ ਮੈਨੂੰ, ਫਿਰ ਉਹ ਪਿੱਛੇ ਪਾਵਰ ਹੈਗੀ ਨਾ ਜਿਹਨੇ ਬਣਾ ਕੇ ਭੇਜਿਆ ਇਹਨੂੰ, ਜੇ ਤੁਹਾਡੀ ਮਰਜ਼ੀ ਤੇ ਫਿਰ ਉਹਦੀ ਹੋਈ, ਕਾਲੇ ਰੰਗ ਵਾਲੀਆਂ ਚਿੱਟੀਆਂ ਹੋ ਸਕਦੀਆਂ, ਚਿੱਟੀਆਂ ਵਾਲੀਆਂ ਕਾਲੀਆਂ ਹੋ ਸਕਦੀਆਂ, ਤੇਰਾ ਜਿਸਮ ਦੀ ਜਿਹੜੀ ਨਸ਼ੁਨੁਮਾ ਜਿਹੜੀ ਬਣਾ ਕੇ ਭੇਜੀ ਗਈ ਤੁਹਾਨੂੰ ਚੇਂਜ ਕਰ ਸਕਦੀ ਹੈ, ਤੇਰੀ ਤਾਂ ਆਪਣੇ ਜਿਸਮ ਤੇ ਹੈ ਕੋਈ ਨੀ, ਹੁਕਮਰਾਨੀ ਕੋਈ ਨੀ ਤੇਰੀ ਆਪਣੇ ਜਿਸਮ ਤੇ, ਤੂੰ ਕਹਦਾ ਮੇਰਾ ਜਿਸਮ ਮੇਰੀ ਮਰਜ਼ੀ, ਐਡੀ ਤੂੰ ਮੇਰਾ ਜਿਸਮ ਮੇਰੀ ਮਰਜ਼ੀ, ਤੇਰਾ ਖਸਮ ਤੇ ਉਹਦੀ ਮਰਜ਼ੀ, ਕਾਹਤੋਂ ਉਹਦੀ ਮਰਜ਼ੀ, ਮੇਰੀ ਕੋਈ ਮਰਜ਼ੀ ਨੀ, ਤੇਰੀ ਮਰਜ਼ੀ, ਤੂੰ ਵਿਆਹ ਤੋਂ ਪਹਿਲੇ ਕਰ ਤਾਂ ਲਈਆਂ ਸਾਰੀਆਂ ਆਪਣੀਆਂ ਮਰਜ਼ੀਆਂ, ਹੋਰ ਕਿੰਨੀਆਂ ਕੁ ਕਰਨੀਆਂ ਤੂੰ? ਤੇ ਵਿਆਹ ਤੋਂ ਬਾਅਦ ਵੀ ਮਰਜ਼ੀਆਂ ਕਰਨੀਆਂ ਚਾਹੀਦੀਆਂ ਬੰਦੇ ਨੂੰ, ਵਿਆਹ ਤੋਂ ਬਾਅਦ ਮਰਜ਼ੀਆਂ ਕਰੇਗੀ ਤੇ ਫਿਰ ਉਹ ਤੇ ਫਿਰ ਸ਼ੁਕਰ ਕਰ ਮੇਰੇ ਵਰਗਾ ਨਾ ਤੇਰੇ ਜੁੱਤੀਆਂ ਮਾਰਦਾ, ਔਰਤ ਬਲੈਲਰ ਚੂਚਾ ਨੀ ਗੱਲੇ ਆ ਕੇ ਨੂੰ ਖੁੱਡੇ ਚ ਬੰਦ ਕਰ ਦੋ ਤੇ ਇੱਥੇ ਰਹਿਣਾ, ਤੇ ਇੱਦਾਂ ਹੀ ਰਹਿਣਾ, ਉਂਝ ਹੀ ਕਰਨਾ, ਉਹ ਖੁੱਡੇ ਚ ਪਾ, ਓਏ ਖੁੱਡੇ, ਜਿੱਦਣ ਕਹਿ ਦਿਓ ਕਿਤੇ ਬਾਹਰ ਜਾਣਾ ਮੂਡ ਬਣ ਜਾਂਦਾ, ਜਿੱਦਣ ਕਹਿ ਦਿਓ ਮੈਂ ਆ ਖਾਣਾ ਉਦਣ ਮੂਡ ਬਣ ਜਾਂਦਾ, ਦਾਲ ਤੋਂ ਵੱਧ ਅੱਗੇ ਨਹੀਂ ਜਾਂਦੇ ਬੰਦੇ ਦਾ, ਇੱਦਾਂ ਹੀ ਹੁੰਦਾ ਵਾ ਉਹ ਪਾਗਲ ਹੈ, ਬੰਦੇ ਦਾ ਮੂਡ ਬਣ ਜਾਂਦਾ ਵਾ, ਦੇਖ ਹੁਣ ਤੈਨੂੰ ਨਾਲ ਲੈ ਕੇ ਗਿਆ ਰੋਟੀ ਖਾਣ ਤੇ
ਇੱਥੇ ਥੀ ਨਾ, ਤੁਸੀਂ ਗੰਦਗੀ 'ਚ ਬਾਹਰ ਵੀ ਆ ਜਾਇਆ ਕਰੋ। ਮੈਂ ਦੂਜੇ ਮੂਡ ਦੀ ਗੱਲ ਕਰਦੀ, ਕਿੰਨੀ ਕਿੰਨੀ ਕੀ ਗੱਲ ਤੋਂ ਮੂਡ ਬਣ ਜਾਣਾ, ਲੜੀ ਜਾਣਾ, ਚੁੰਝ ਫਸਾਈ ਰੱਖਣਾ, ਉਹਦੀ ਗੱਲ ਕਰਦੀ ਪਈ ਮੈਂ। ਅੱਛਾ 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 ਜੀ, ਹਾਂਜੀ ਸੋਰੀ ਸੋਰੀ, ਓਕੇ। ਅੱਛਾ ਯਾਰ, ਬੱਚਾ ਕਿਉਂ ਨਹੀਂ ਹੋ ਰਿਹਾ ਤੈਨੂੰ ਕੋਈ? ਮੈਨੂੰ ਇਹ ਨਹੀਂ ਸਮਝ ਆ ਰਹੀ ਕੀ ਗੱਲ ਆ, ਮੈਂ ਟੈਨਸ਼ਨ 'ਚ ਆ ਗਿਆ। ਬੱਚੇ ਨੇ ਕੁੰਡੀ ਲਾਈ ਅੰਦਰੋਂ, ਏਸੀ ਨਹੀਂ ਹੋ ਰਿਹਾ। ਹੋਰ ਨਹੀਂ ਤੁਹਾਨੂੰ ਗੱਲ ਆਉਂਦੀ ਕੋਈ? ਬੱਚਾ ਨਹੀਂ ਹੋ ਰਿਹਾ, ਬੱਚਾ ਨਹੀਂ ਹੋ ਰਿਹਾ। ਏਡੀ ਫਿਕਰ ਤੇ ਉਹਨੂੰ ਨਹੀਂ ਹੈਗੀ ਜਿੰਨੀ ਤੁਹਾਨੂੰ ਹੋਣ ਲੱਗੀ। ਲੱਖ ਲਾਨਤ ਤੇਰੀ 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 ਵਜ਼ਾਹਤ ਤੇ ਲਾਨਤ। ਮੈਂ ਕਹਿੰਦੀ ਇਹ ਬੱਚੇ ਨੇ ਕੁੰਡੀ ਲਾਈ ਅੰਦਰ, ਬਾਹਰ ਨੂੰ ਬਸ ਕਰਦੇ ਹੋ, ਆਹੋ ਬਸ ਕਰਦੇ ਬੱਚੇ ਦੇ ਖੈੜਾ। ਦੁਆ ਕਰਿਆ ਕਰੋ ਅੱਲਾ ਸੁਣ ਲਵੇ ਛੇਤੀ, ਆਮੀਨ। ਇਹ ਤਾਂ ਚੈੱਕ ਚੁੱਕ ਕਰਾਏ ਕੋ ਟੈਸਟ ਟੂਸਟ? ਅੱਲਾ ਦਾ ਸ਼ੁਕਰ ਹੈ ਸਾਰੇ ਹੀ ਸਹੀ ਆ, ਨਹੀਂ ਤਾਂ ਬੰਦੇ ਦੇ ਉਹਦੇ ਵੀ ਸਹੀ ਆ। ਤੇ ਫੇਰ ਕੀ ਮਸਲਾ ਫਿਰ? ਸੱਸ ਤੈਨੂੰ ਕਿਉਂ ਕਹਿ ਰਹੀ ਹੈ? ਮਾਂ ਵਾ ਨਾ ਆਪਣੇ ਪੁੱਤ ਨੂੰ ਕਿੱਥੇ ਗਲਤ ਕਹੂਗੀ, ਜਿਹੜੀ ਲੈ ਕੇ ਆਉਂਦੀ ਬਾਹਰ ਉਹ 'ਚ ਨੁਕਸ ਕੱਢਣੇ। ਮਾਵਾਂ ਨੇ ਕਦੇ ਪੁੱਤਾਂ ਨੂੰ ਗਲਤ ਕਿਹਾ? ਨੌਵੇਂ ਗਲਤ ਹੁੰਦੀਆਂ ਹਰ ਵਾਰੀ, ਜਦੋਂ ਆਪ ਨੌਵਾਂ ਸੀਗੀਆਂ ਉਦੋਂ ਸੱਸਾਂ ਗਲਤ ਸੀਗੀਆਂ, ਹੁਣ ਆਪ ਸੱਸਾਂ ਬਣੀਆਂ ਤੇ ਹੁਣ ਨੌਵਾਂ ਗਲਤ। ਤੇਰੀਆਂ ਨੌਵਾਂ ਬਹੁਤ ਰਾਜ਼ੀ ਰਹਿਣਗੀਆਂ, ਉਹ ਕਹਿੰਦੇ ਉਹਨਾਂ ਨੇ ਕਹਿਣਾ ਅੰਮੀ ਹਮ ਜਾ ਰਹੀ ਹੈ, ਤੂੰ ਕਹਿਣਾ ਓਕੇ ਬੇਟਾ ਜਾਓ ਮੈਂ ਆਪ ਚੱਲੀ। ਆਹੋ ਸਹੀ, ਆਜ਼ਾਦ ਰਹਿਣ ਬੇਚਾਰੀਆਂ ਤੁਰਨ ਫਿਰਨ ਆਪਣੇ ਬੰਦਿਆਂ ਨਾਲ। ਆਹੋ ਆਜ਼ਾਦੀ ਤੇ ਤੁਹਾਡਾ ਬੇੜਾ, ਤੇਰੀ ਤੇਰਾ ਵੀ ਬੇੜਾ ਕਰਾ ਆਜ਼ਾਦੀ ਨਹੀਂ ਕੀਤਾ। ਮੈਂ ਕੀ ਕੀਤਾ, ਮੈਂ ਵਿਆਹ ਕੇ ਆਪਣੇ ਘਰ ਆ ਨਹੀਂ ਗਈ, ਮੇਰੀ ਆਜ਼ਾਦੀ ਕਿਹੜੀ ਕਿਹੜੇ, ਮੈਂ ਗੁਲ ਛੱਡੇ ਰੋਂਦੀ ਰਹੀ ਤੁਹਾਡੇ ਨਾਲ। ਤੇ ਵਿਆਹ ਕੇ ਆ ਗਈ ਤੇ ਫਿਰ ਆਪਣੇ ਘਰ ਦੇ ਵਿੱਚ ਮਸਲੇ ਜਿਹੜੇ ਹੈਗੇ ਉਹਨਾਂ ਨੂੰ ਤਾਂ ਖੱਪ ਖਪਾਉਣ ਨਹੀਂ ਕਿ ਮੈਂ ਮਰ ਗਈ ਆਪੀ। ਲੁੱਟੀ ਤੁਸੀਂ ਪੁੱਛਣ ਲੱਗੇ ਹੋ ਕਿ ਹਾਲ ਹੈ ਕਿੱਦਾਂ, ਹੁਣ ਤੁਹਾਡੇ ਨਾਲ ਮੈਂ ਦਿਲ ਦੀਆਂ ਗੱਲਾਂ ਵੀ ਨਾ ਕਰਾਂ। ਮੈਂ ਸਾਈਡ ਤੇ ਨਹੀਂ ਹੋਇਆ, ਉਦੋਂ ਕਿਤੇ ਰਿਸ਼ਤਾ ਹੋਇਆ ਹੁੰਦਾ ਨਾ ਤੇ ਮੈਂ ਤੁਹਾਡੇ ਨਾਲ ਸਕੂਨ ਨਾਲ ਰਹਿੰਦੀ, ਤੁਸੀਂ ਵੀ ਸਕੂਨ ਚ ਹੋਣਾ ਸੀ। ਤੇਰੀ ਮੇਰੀ ਜੋੜੀ ਬੜੀ ਟਿੱਚ ਰਵੇਗੀ, ਦੋਵਾਂ ਦੇ ਲੱਚ ਸਈਆਂ ਖਿੱਚ ਰਵੇਗੀ। ਆਹੋ ਹਾਏ ਹਾਏ, ਚਲ ਕੋਈ ਗੱਲ ਨਹੀਂ, ਤੁਸੀਂ ਸੁਣਾਓ ਕਿੱਦਾਂ ਕੰਮ ਚੱਲ ਰਿਹਾ ਹੈ। ਅੱਲਾ ਤੈਨੂੰ ਨੇਕ ਤੇ ਸਾਲੇ ਹਾਲਾਤ ਦੇਵੇ, ਆਮੀਨ। ਅੱਲਾ ਤੈਨੂੰ 12 ਪੁੱਤਰ ਦੇਵੇ। ਹੈਲੋ, ਕੀ ਗੱਲ, ਕੀ ਹੋਇਆ? ਮੈਨੂੰ ਜੀ ਲੈਂਦੇ ਹੋ, 4 ਸਾਲ ਕੋਈ ਹੋਰ ਮਰਵਾਣਾ ਜੀ ਮੈਨੂੰ? ਤੈਨੂੰ ਚੈਨ ਵਾਲੀ ਗੱਲ ਦੱਸਾਂ ਕਿ ਸੱਚੀ ਮੁੱਚੀ ਵਾਲੀ? ਬੰਦਾ ਕਹਿੰਦੇ ਆ ਔਰਤ ਜਿੰਨੇ ਜ਼ਿਆਦਾ ਬੱਚੇ ਪੈਦਾ ਕਰਦੀ ਉਨੀ ਸਿਹਤਮੰਦ ਹੁੰਦੀ ਆ। ਨਹੀਂ ਮੈਂ, ਮੈਨੂੰ ਨਹੀਂ ਇੰਨੀ ਸਿਹਤ ਚਾਹੀਦੀ। ਆ ਬਿਮਾਰੀਆਂ ਹੁੰਦੀਆਂ ਜਿਹੜੇ ਲੋਕੀ ਬੱਚੇ ਬੁੱਚੇ ਬੰਦ ਕਰਾ ਲੈਂਦੇ ਨੇ, ਪੁੱਠੀਆਂ ਸਿੱਧੀਆਂ ਹਰਕਤਾਂ ਕਰਦੇ ਨੇ। ਤੈਨੂੰ ਪਤਾ ਬੱਚਿਆਂ ਵਾਲੀ ਗੱਲ ਦੱਸ ਰਿਹਾ, ਇਹ ਔਰਤ ਦੀ ਜ਼ਿੰਦਗੀ ਦਾ ਬੇੜਾ ਗਰਕ ਕਰਨੀ ਇਹ ਚੀਜ਼ਾਂ। ਜਿੰਨੇ ਬੱਚੇ ਜੰਮੇਗੀ ਉਨਾ ਹੀ ਤੈਨੂੰ ਹੋਏਗਾ, ਆਪਣਾ ਸਿਹਤ ਹੋਏਗੀ ਤੇਰੀ। ਨਹੀਂ ਸਹੀ ਹੈ, ਇੰਨੀ ਕੀ ਸਿਹਤ ਮੇਰੀ ਹੈ, ਬੱਚੇ ਨਾ ਹੋਏ, ਮਿਸਰੀ ਚੂਚਿਆਂ ਦਾ ਸੈੱਟ ਹੀ ਹੋ ਗਿਆ 12 ਬੱਚੇ। ਉਹ ਤਾਂ 12 ਹੁੰਦੇ ਸੀ, ਆ ਤਾਂ ਅੱਜ ਸਾਨੂੰ ਮੌਤ ਪਈ ਆ, ਅਸੀਂ 2-2, 3-3 ਜੰਮ ਕੇ ਬਸ ਕਰ ਦੇ ਦੀ ਆ। ਅੱਜ ਤੋਂ 30-40-50 ਸਾਲ ਪਹਿਲੇ ਪੁੱਛਣਾ, ਕੋਈ 18 ਭਰਾ ਨੇ, ਕੋਈ 16 ਭਰਾ ਨੇ, ਕੋਈ 15 ਭਰਾ ਨੇ, ਕੋਈ 14। ਉਹਨਾਂ ਦੇ ਕੋਲ ਜ਼ਮੀਨਾਂ ਆਪਣੀਆਂ, ਮੱਝਾਂ ਆਪਣੀਆਂ, ਖਾਣ ਪੀਣ ਆਪਣਾ ਸੀਗਾ। ਅੱਜ ਕੱਲ੍ਹ ਦੇ ਜੋ ਹਾਲਾਤ ਹੈ ਨਾ, ਇੱਕ ਸਾਂਭਣਾ ਬਹੁਤ ਔਖਾ। ਤਦੀ ਫਿਰ ਤੇਰੀ ਨੀਅਤ ਤੇ ਤਦੀ ਤਦੀ ਰੱਬ ਤੇਰੀ ਸੁਣਨ ਨਹੀਂ ਦਿਆ। ਨਹੀਂ ਮੈਂ ਤਾਂ ਨਹੀਂ ਕਹਿੰਦੀ ਨਾ, ਮੈਂ ਤਾਂ ਕਹਿੰਦੀ 1-2 ਹੋਣ ਸਹੀ ਹੈ। ਤੂੰ ਔਲਾਦ ਨੂੰ ਹੱਥ ਕੁੱਟਿਆ ਨਾ ਜਿਹੜਾ, ਹੱਥ ਕੁੱਟਿਆ ਇੱਥੇ, ਇੰਨਾ ਵੀ ਨਹੀਂ ਕੁੱਟਿਆ। ਆਹੋ, ਹੋਰ ਸੁਣਾ, ਕਰੋਨਾ ਕੋ ਬਚੀ ਆ? ਹਾਂਜੀ ਬਚੀ ਆ ਕਰੋਨਾ, ਅੱਲਾ ਸਭ ਨੂੰ ਬਚਾਵੇ। ਤੇਰਾ ਬੰਦਾ ਜਾਂਦਾ ਮਰੇ ਨੂੰ ਰੋਕ, ਬੰਨ ਸਵੰਨੀਆਂ ਹੈਂਡ ਫਰੀਆਂ ਬੱਸਾਂ 'ਚ ਚੜਦਾ, ਲੋਕਾਂ ਦੇ ਪਤਾ ਨਹੀਂ ਉੱਥੇ ਕਿਸੇ ਨੂੰ ਬਿਮਾਰੀ ਲੈ ਕੇ ਮੁੜ ਕੇ ਘਰ ਆ ਜਾਵੇ, ਉਹਨੂੰ ਕਹਾਂ ਕੋਈ ਕੰਮ ਐਸਾ ਬਦਲ ਜਿਹਦੇ ਵਿੱਚ ਜਿੰਨੀ ਉਹਦੇ ਕੋਲ ਬੋਲਦੀ ਉਹਦੇ ਉਹਦੇ ਹੀ ਕੋਈ ਨਿਸ਼ੇ ਨਹੀਂ ਹੁੰਦਾ ਹੋਣਾ। ਲੱਖ ਲਾਣਤ ਸਿਰ ਤੇ, ਆ ਇੱਜ਼ਤ ਕਰਦੀ ਹੈ ਤੂੰ ਆਪਣੇ ਬੰਦੇ ਦੀ? ਮੈਂ ਇੱਜ਼ਤ ਕਰਦੀ? ਬੰਦਾ ਤੇਰਾ ਬੰਦਾ ਬੱਸ 'ਚ ਚੜਦਾ ਵਾ, ਹਾਂਜੀ, ਜਦੋਂ ਉਹਦਾ ਕਿਤੇ ਜ਼ਹਿਨ ਬੜੇਗਾ ਯਾਰ ਮੈਂ ਬੱਸ 'ਚ ਚੜਾਂ, ਤੇ ਉਹ ਮਾਸਕ ਪਾ ਲੈਂਦਾ ਉੱਤੇ? ਨਹੀਂ, ਜਿਹੜੇ ਵਿੱਚ ਬੈਠੇ ਸੀ ਉਹ ਮਾਸਕ ਪਾ ਲੈਂਦੇ, ਇਹਦੀ ਭੂਤ। ਅੱਛਾ, ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਤੂੰ ਮਾਸਕ ਪਾ ਲਿਆ ਕਰ, ਤੇ ਉਹ ਕਹਿੰਦਾ ਕੋਈ ਨੀ, ਮੌਤ ਬਰ ਹੱਕ ਆ, ਜਿਹਨੂੰ ਆਣੀ ਆ ਜਾਏਗੀ, ਇਹ ਤੇ ਨਾ ਆਉਣੀ ਹੋਈ ਤੇ ਨਾ ਆਜੂਗੀ। ਮੈਂ ਤੇ ਆਮੀਨ ਕਹਿਤਾ ਮਾਸਕ ਦਾ। ਅੱਛਾ ਚਲੋ, ਜਰਾਸੀਮ ਬਹੁਤ ਹੁੰਦੇ ਨੇ। ਨਹੀਂ ਨਹੀਂ ਕੁਛ ਨਹੀਂ ਹੁੰਦਾ, ਮਾਸਕ ਨਹੀਂ ਹਲੇ ਉਹਨੂੰ ਚਾਹੀਦਾ, ਉਹਨੂੰ ਕੁਛ ਨਹੀਂ ਹੁੰਦਾ, ਕਹਿੰਦਾ ਮਾਸਕ ਦਾ ਜਦੋਂ ਟਾਈਮ ਆਏਗਾ ਉਦੋਂ ਮਾਸਕ ਲਾ ਲਾਂਗੇ, ਹਲੇ ਅੱਲਾ ਦਾ ਸ਼ੁਕਰ ਇਹ ਤੇ ਜਾਣਦੇ। ਮੈਂ ਚਲੋ, ਅੱਛਾ ਮੈਂ ਕਰੋਨਾ ਕਿਆ ਹੈ ਜਰਾ ਸੁਕਾ? ਕਰੋਨਾ ਕਰੋਨਾ ਇਹਨੂੰ ਸਲੋ ਕਹਿ ਜਰਾ, ਕਰੋਨਾ ਹੋਰ ਤੋੜ ਕੇ ਕਵਾਂ, ਹੋਰ ਸ਼ਲੋਕ ਹੈ ਕਰੋਨਾ। ਹਾਂ ਇਹਨੂੰ ਯਾਦ ਕਰ ਲਾ ਅੱਛੀ ਤਰ੍ਹਾਂ। ਮੈਂ ਵੀ ਇਹ ਬਿਮਾਰੀ ਦਾ ਨਾਮ ਯਾਦ ਕਰਕੇ ਰੱਖਾਂ। ਚਲੋ ਬਹਰਾਲ ਇਹਦੇ ਕੋਲ ਬਚ, ਮਾਸਕ ਪਾ ਮੂੰਹ ਤੇ, ਹੱਥ ਧੋ ਬਾਰ ਬਾਰ। ਆ ਤੇ ਮੈਂ ਫੋਨ ਤੋਂ ਬਾਅਦ ਜਦੋਂ ਕਿਸੇ ਨਾਲ ਹੱਥ ਮਿਲਾਵੇ ਹੱਥ ਧੋਣਾ ਵਾ। ਮੈਂ ਧੋਨੀ ਹੋਣੀ, ਅਕਾਲ ਬੰਦ ਹੁੰਦੇ ਨਾ ਹੱਥ ਧੋਣੇ ਹੋਣੀ।
ਜਰਾਸੀ ਵਾਲੀ ਕੋਈ ਸ਼ੈ ਹੱਥ ਨਹੀਂ ਫੜਨੀ। ਨਹੀਂ ਕੁਛ ਨਹੀਂ ਹੁੰਦਾ, ਜਿਹੜੀ ਬਿਮਾਰੀ ਲੱਗਣੀ ਉਹ ਬੰਦੇ ਨੇ ਮਾਰੀ ਜਾਣਾ, ਐਵੇਂ ਨਹੀਂ ਡਰੀ ਚਾਹੀਦਾ ਹੁੰਦਾ ਬਿਮਾਰੀਆਂ ਕੋਲ। ਚਲੋ ਅੱਲਾ ਖੈਰ ਕਰੇ, ਠੀਕ ਹੈ ਚਲੋ। ਪਰ ਲੈ ਆ ਕਿ ਤੂੰ ਭਾਈ ਮੈਨੂੰ ਨਹੀਂ ਕਰੋਨਾ ਹੋਣਾ, ਮੈਂ ਇੰਨੀ ਦੇਰ ਧਰਨਾ ਰਹੀ, ਉਦੋਂ ਨਹੀਂ ਕਦੀ ਕਰੋਨਾ ਹੋਇਆ ਤੇ ਹੁਣ ਮੈਨੂੰ ਹੋਣਾ ਕਰੋਨਾ। ਯਾਰ ਮੈਨੂੰ ਇੱਕ ਮਸ਼ਵਰਾ ਦਿਓ। ਤੇਰੀ ਸੱਸ ਨੂੰ ਬੰਦਾ ਪੁੱਛੇ, ਉਹਨੇ ਕਿਹਾ ਇਹਦੇ ਨਾਲੋਂ ਵੱਡਾ ਕਰੋਨਾ ਕੋਈ ਨਹੀਂ ਮੇਰੀ ਜ਼ਿੰਦਗੀ ਚ। ਉਹਨੂੰ ਤੇ ਤੂੰ ਮੈਂ ਮੋਟੀ ਤਾਂ ਨਹੀਂ ਹੋ ਗਈ ਜਿਦਾਂ, ਉਹ ਤਾਂ ਸਮਾਰਟ ਜਿਹਾ ਹੀ ਆ, ਮੋਟੀ ਤਾਂ ਨਹੀਂ ਹੋ ਗਈ। ਤੁਸੀਂ ਮੈਨੂੰ ਅੱਜ ਵੀਡੀਓ ਕਾਲ ਕਰਕੇ ਦੇਖ ਲੈਣਾ ਮੈਂ ਕਿੱਦਾਂ ਦੀ ਆ। ਮਰੇ ਤੂੰ, ਮੈਂ ਨਹੀਂ ਵੀਡੀਓ ਕਾਲ ਦੇਖਦਾ ਭਾਈ। ਮੈਂ ਵੀ ਤੁਹਾਨੂੰ ਵੇਖ ਲੂੰਗੀ, ਇੰਨੇ ਦੇਰ ਹੋ ਗਈ ਤੁਹਾਨੂੰ ਨਹੀਂ ਵੇਖਿਆ, ਟੀਵੀ ਤੇ ਦੇਖ ਲਿਆ। ਮੇਰਾ ਪੇਟ ਵੀ ਬਹੁਤ ਵੱਧ ਗਿਆ, ਅੱਲਾ ਮਾਫੀ ਦੇਵੇ, ਮੇਰਾ ਪੇਟ ਵੀ ਅੱਗੇ ਤੁਸੀਂ ਰਹਿਣ ਤੇਰਾ ਨਹੀਂ ਵਧਿਆ, ਵੇਖ ਲਾ ਵਿਆਹ ਤੋਂ ਬਾਅਦ ਮੇਰਾ ਵੱਧ ਗਿਆ। ਤੇ ਖੁਸ਼ੀ ਤੁਹਾਡੇ ਹੋ ਜਾਣੀ ਸੀ ਮੇਰੇ ਨੂੰ, ਅੱਲਾ ਕੀ ਵਧਣਾ ਸੀ, ਤੇਰਾ ਨਹੀਂ ਵਧਿਆ ਮੇਰਾ ਵੱਧ ਗਿਆ। ਮੈਨੂੰ ਵੇਖ ਲਾ ਕਿਹਦਾ ਇੰਨਾ ਪਿਆਰ ਆ, ਮੈਂ ਕਹਿੰਦਾ ਚੱਲ ਗਿਆ ਤੇਰੇ ਹਿੱਸੇ ਦੇ ਵਿੱਚ ਦੁੱਖ ਲੱਗ ਗਿਆ। ਰੱਬ ਦੀ ਰਹਿਮਤ ਉੱਧਰ ਹੋ ਗਈ ਇੱਧਰ ਦੀ ਬਜਾਏ। ਆਹੋ ਉੱਧਰ ਹੋ ਗਈ ਨਾ, ਤੇ ਚਲ ਮੈਂ ਤੈਨੂੰ ਭੇਜ ਦਿਆਂਗਾ। ਠੀਕ ਹੋ ਗਿਆ। ਆਹੋ ਚੱਲ ਤੇਰੇ ਘਰ ਦੇ ਮੁੰਡਾ ਆ ਨਾ, ਉਹਦਾ ਨਾਂ ਰੱਖੀ ਚਾਨੀ। ਨਹੀਂ ਮੈਂ ਨਹੀਂ ਰੱਖਣਾ। ਅੱਛਾ ਨਾ ਜਾਨੀ ਦੀ ਆਪਣੇ ਬੰਦੇ ਦਾ ਰੱਖ ਲਈ ਸ਼ੌਕ ਚ। ਮੈਨੂੰ ਨਹੀਂ ਪਤਾ ਪੁੱਠੇ ਪੁੱਠੇ ਨਾਂ ਮੈਂ ਲਿਖਣੇ। ਅੱਜ ਕੱਲ ਅੱਜ ਕੱਲ ਮਰਦ ਜਿਹੜੇ ਨੇ ਨਾ ਉਹ ਵੀਡੀਓ ਦੇਖਦੇ ਨੇ ਨੈਟ ਤੇ, ਵੀਡੀਓ ਦੇਖ ਕੇ ਫਿਰ ਬੁੱਢੀ ਨੂੰ ਕਹਿੰਦੇ ਨੇ ਕਿ ਆਵੇ ਤਾਂ ਇਹਦਾ ਘਰ ਆ, ਪੈਂਟ ਸ਼ਰਟ ਪਾ, ਜਿੱਦਾਂ ਜਿੱਦਾਂ ਉਹ ਹੁੰਦੀਆਂ ਉਦਾਂ ਹੀ ਮੈਂ ਕਰਦੀ ਆ। ਪਾ ਮੇਰੇ ਕੋਲ ਨਹੀਂ ਪੈਂਦੀਆਂ ਪੈਂਟਾਂ ਸ਼ਰਟਾਂ, ਜੋਗਰ ਪਾ, ਮੈਂ ਜੋਗਰ ਪਾ ਤੇ ਮੈਂ ਸੋਹਣਾ, ਮੈਨੂੰ ਉਹਨੇ ਵਾਲ ਇੱਦਾਂ ਬਣਾ, ਸੁਰਖੀ ਇਸ ਕਲਰ ਦੀ ਲਾ ਯਾਰ, ਮੈਂ ਸਾਰਾ ਕੁਝ ਕਰਦੀ ਆ, ਹੇਅਰ ਕਟਿੰਗ ਕਰਾ, ਐ ਜ਼ਰਾ ਮੇਕਅਪ ਕਰ, ਐ ਸ਼ੇਡ ਬਣਾ, ਐ ਜ਼ਰਾ ਸਟਾਈਲ ਬਣਾ, ਸਾਰਾ ਕੁਝ ਕਰਾ ਕੇ ਤੂੰ ਤੇ ਮੈਨੂੰ ਬੁਰਖਾ ਪਵਾ ਦਿੰਦਾ, ਫਾਇਦਾ ਸਾਰਾ ਕੁਝ ਕਰਨ ਦਾ, ਨਾ ਕਿਸੇ ਨੂੰ ਨਜ਼ਰ ਆਵੇ ਤੇ ਨਾ ਹੋਰ। ਉਹ ਯਾਰ ਬੁਰਖਾ ਲੈ ਤੂੰ, ਅੱਛਾ ਇੱਕ ਤੇ ਆ ਬੁੱਢੀਆਂ ਨੂੰ ਕੁੜੀਆਂ ਨੂੰ ਬਹੁਤ ਬਿਮਾਰੀ ਗਈਆਂ ਨੇ, ਇਹਨਾਂ ਨੂੰ ਇਹ ਆ ਵੀ ਸਾਡਾ ਬੰਦਾ ਤੇ ਜਿਹਨੂੰ ਵੇਖਣਾ ਵੇਖਣਾ ਬਾਹਰ ਲੋਕੀ ਤੇ ਸਾਨੂੰ ਬੁਰਖਾ ਪਾ ਕੇ ਬਾਹਰ ਚ ਚੁੰਗੀਆਂ ਦੇਖਣਾ, ਮੇਰੀ ਲੱਖ ਲਾਣਤ ਵੈਸੇ ਤੁਹਾਡੀ ਇਹੋ ਜਿਹੀ ਸੋਚ ਤੇ, ਇਹੋ ਜਿਹੀ ਬੁੱਢੀ ਆ 4-5 ਹਜ਼ਾਰ ਮੂੰਹ ਤੇ ਲਵਾ ਕੇ ਬਾਅਦ ਚ ਮੂੰਹ ਲਕੋ ਕੇ ਬਾਹਰ ਨਿਕਲ ਜਾ। ਸਾਰੀ ਤਿਆਰੀ ਕਰਾ ਕੇ ਸਾਨੂੰ ਬੁਰਖਾ ਪਵਾ ਦਿੰਦਾ ਵੀ ਬੁਰਖਾ ਬਾਹਰ ਚੱਲ ਲੱਗਿਆ ਪਾਉਂਦਾ। ਤਿਆਰੀ ਤੁਸੀਂ ਆਪਣੇ ਕਸਮ ਵਾਸਤੇ ਕੀਤੀ ਹੈ ਕਿ ਬਾਹਰ ਦੇ ਬੰਦੇ ਵਾਸਤੇ ਕੀਤੀ ਹੈ? ਨਾ ਸਾਨੂੰ ਜਦੋਂ ਅਸੀਂ ਬਾਹਰ ਜਾਂਦੇ ਹਾਂ ਸਾਨੂੰ ਬੰਦੇ ਵੇਖਦੇ, ਇਹਨਾਂ ਨੂੰ ਵੀ ਤੇ ਕੁੜੀਆਂ ਵੇਖਦੇ, ਇਹ ਵੀ ਬੁਰਖੇ ਪਾਉਣ। ਇਹਨਾਂ ਨੂੰ ਕੁੜੀਆਂ ਦੇਖਦੀਆਂ ਤੇ ਤੇਰੇ ਬੰਦੇ ਨੂੰ ਤਾਂ ਵੇਖ ਕੇ ਕੁੜੀ ਨੇ ਕੀ ਕਰਨ ਲੱਗੂ, ਲਾਹੌਲਾ ਵਾਲਾ ਕੂਆ ਤਾਂ ਇੰਨਾ ਬਿੱਲਾ ਪੜਨਾ ਉਹਨੇ, ਤੇ ਫਿਰ ਮੇਰਾ ਹੀ ਹੌਸਲਾ ਨਾ, ਮੈਂ ਨਾਲ ਇੰਨੇ ਸਾਲ ਕੱਢ ਲੇ। ਤੇ ਤੂੰ ਨਾ ਵਿਆਹ ਕਰਾਉਂਦੀ, ਨਾਲ ਇੰਨੇ ਸਾਲ ਕੱਢ ਲੈਂਦੀ, ਤੁਸੀਂ ਨਾ ਕਰਾਉਂਦੀ ਵਿਆਹ? ਉਹ ਮੇਰੇ ਤੇ ਕਾਹਤਾ ਕਲੇਮ ਪਾਈ ਜਾਂਦੀ ਆ, ਇੱਕ ਤੇ ਤੁਹਾਨੂੰ ਇਹ ਬੜੀ ਬਿਮਾਰੀ ਸਾਰਾ ਤੁਹਾਡਾ ਵਾ, ਅੱਗੇ ਸੱਗੇ ਤੁਸੀਂ ਬਾਹਰੋਂ ਬਾਹਰ ਆਪਣੀਆਂ ਲਾਈਆਂ ਹੁੰਦੀਆਂ ਤੇ ਜਦੋਂ ਮਰਜ਼ੀ ਆਪਣੀ ਨਾਲ ਵਿਆਹ ਕਰਨਾ ਬੰਦਾ ਖਾਲਸ ਪਿਆਰ, ਖਾਲਸ ਪਿਆਰ ਉਹ ਖਾਲਸ ਰਿਹਾ ਹੀ ਨਹੀਂ, ਪਿਆਰ ਕਰਦੇ ਨੇ ਮੈਨੂੰ ਲੈ ਨਾ ਸਾਡੇ ਘਰੋਂ ਕੱਢ ਕੇ। ਤੇਰਾ ਪਹਿਲੇ ਵੀ ਕਦੋਂ ਖਾਲਸ ਸੀ ਮਰੇ, ਤੇਰਾ ਖਾਲਸ ਨਹੀਂ ਸੀ, ਤੇਰੇ ਤੇਰਾ ਖਾਲਸ ਸੀ, ਯਾਦ ਕਰ ਖਾਲਸ। ਸਹੀ ਆ, ਗਲਤੀ ਕਿਹਦੇ ਕੋਲੋਂ ਨਹੀਂ ਹੁੰਦੀ। ਅਸਲ ਦੀ ਗੱਲ ਸੁਣ, ਮੈਂ ਨਾ ਹੁਣ ਚੱਲਾਂ ਵਾਂ ਉੱਥੇ ਏਅਰਵਾਈਜ਼, ਸੋਚ ਬਹਿਣਾ ਮੈਂ ਗੱਡੀ ਮੈਨੂੰ ਲੈਣ ਆ ਗਈ ਤੇ ਮੈਂ ਕਹਿੰਦਾ ਫਿਰ ਗੱਲ ਕਰ ਲਿਆ ਕਰ ਯਾਰ ਘੱਟ 5 ਦਿਨ ਬਾਅਦ। ਯਾਰ ਮੈਨੂੰ ਕਿ ਮੋਬਾਈਲ ਲੈ ਦੇ, ਮੈਨੂੰ ਮੋਬਾਈਲ ਨਹੀਂ ਲੈ ਕੇ ਦੇਣ ਲੱਗਾ ਆ। ਯਾਰ ਮੇਰੀ ਗੱਲ ਸੁਣ, ਮੈਂ ਇੱਕ ਜੈਨੂਅਨ ਗੱਲ ਦੱਸਾਂ, ਆਪਣੇ ਬੰਦੇ ਦੇ ਨਾਲ ਨਾ ਬਿਲਕੁਲ ਸਹੀ ਰਹਿ, ਆਪਣੇ ਸੱਸ ਸਹੁਰਿਆਂ ਨਾਲ ਘਰ ਦਾ ਕੰਮ ਕਰ, ਆਪਣੇ ਬੰਦੇ ਦੀ ਸਾਰਾ ਕੁਝ ਕਰਦੀ ਆ, ਮੈਨੂੰ ਤੁਹਾਡੀ ਕਸਮ ਹੈ ਹਰ ਕੰਮ ਕਰਦੀ, ਹਰ ਗੱਲ ਮੰਨਦੀ, ਪਤਾ ਨਹੀਂ ਕੀ ਆ। ਆ ਰੌਲਾ ਲੱਖ ਲਾਣ ਤੇ ਬੰਦਾ ਤੇ ਰਹੂਗਾ, ਕਸਮ ਤੇ ਮੇਰੀ ਖਾਈ ਜਾਂਦੀ ਹੈ, ਬਗੈਰ ਦੀ ਤੇ ਇਹ ਆ ਸਹੀ। ਚਲੋ ਮੈਨੂੰ ਮੇਰੇ ਬੰਦੇ ਦੀ ਕਿਸਮ, ਮੈਂ ਸਾਰੀਆਂ ਗੱਲਾਂ ਕਰਦੀ ਆ, ਸਾਰੇ ਕੰਮ ਕਰਦੀ ਆ, ਸਾਰੀਆਂ ਮੰਨਦੀਆਂ ਉਹਦੀਆਂ, ਬਸ ਹੁਣ ਸਹੀ ਆ, ਬਸ ਠੀਕ ਆ। ਨਹੀਂ ਉਹ ਜਦੋਂ ਤੁਸੀਂ ਕਹਿੰਦੇ ਨਾ ਤੂੰ ਕਹਿ ਜੇ ਮੈਂ ਤੇਰੀਆਂ ਸਾਰੀਆਂ ਮੰਨਦੀ ਆ ਨਾ, ਤੂੰ ਹੁਣ ਮੇਰੀ ਮੰਨ ਲਾ ਤੇ ਆ ਕੰਮ ਛੱਡ ਦੇ, ਇੱਕ ਤੇ ਕਰੋਨਾ ਕੋਲੋਂ ਬਚੋ ਤੇ ਦੂਸਰਾ ਇਹ ਗੱਲ ਆ ਕਿ ਜ਼ਿਆਦਾ ਕਰਨਾ ਕਰੋਨਾ ਤੋਂ ਬਚੋ। ਚਲੋ ਠੀਕ ਆ, ਮੈਂ ਚੱਲਾਂ ਹੁਣ ਤਾਂ ਉੱਥੇ ਤੇ ਉੱਥੇ ਫਿਰ ਮੈਂ ਬਾਅਦ ਚ ਗੱਲ ਕਰਾਂ, ਮੈਨੂੰ ਕਾਲ ਕਰਦੀ ਰਿਹਾ ਕਰ 8-10 ਦਿਨਾਂ ਬਾਅਦ। ਪੰਨੇ ਕੋਲੋਂ ਕੋਈ ਆਈਫੋਨ ਦੀ ਹੈਂਡ ਫ੍ਰੀ ਸਹੀ ਜੀ ਲੈ ਕੇ ਤੇ ਭੇਜ ਦੇ ਕਿ ਗਿਫਟ ਯਾਰ। ਉਹ ਕਿਹੜਾ ਚੱਲਣੀ ਆ ਬਾਅਦ, ਤੁਸੀਂ ਵੇਖ ਨਾ ਇੱਕ ਸਾਈਡ ਚੱਲਦੀ ਇੱਕ ਚੱਲਦੀ ਨਹੀਂ। ਵਾੜ ਕੇ ਪੈ ਜਾਂਦੇ ਆ, ਇੱਧਰ ਵੀ ਨੱਪ ਲੈਂਦੇ, ਇੱਧਰ ਵੀ ਨੱਪ ਲੈਂਦੇ, ਬਾਹਰ ਦਾ ਬੰਦਾ ਖਾਪਾ ਹੀ ਉਹਨਾਂ ਨੂੰ ਆਵਾਜ਼ ਨੀ ਆਉਂਦੀ। ਚਲੋ ਸਹੀ ਹੈ ਨਾ, ਅਸੀਂ ਵੀ ਤੁਹਾਨੂੰ, ਤੁਸੀਂ ਮੈਨੂੰ ਲੱਗਦਾ ਇੱਕ ਐਂਟਰੀ ਲੈਣੀ ਆ ਜਿਹੜੀ ਖਰਾਬ ਆ, ਇੱਕੋ ਸਾਈਡ ਵਾਲੀ ਨਹੀਂ ਚੱਲਦੀਆਂ ਦੋਵੇਂ ਸਾਈਡਾਂ ਹੁਣ। ਖਰਚਾ ਦਿੰਦਾ ਨੀ ਤੇ ਤੈਨੂੰ, ਚਲੋ ਠੀਕ ਖਾਣ ਪੀਣ ਨੂੰ ਤੇ ਦਿੰਦਾ ਨਾ।
ਹਾਂ ਜੀ ਦਿੰਦਾ ਮੈਨੂੰ ਖਾਣ ਪੀਣ ਨੂੰ ਚਲੋ ਦੇਖੀਆਂ ਬੁੱਢੀਆਂ ਖਰਚਾ ਵੀ ਤੇ 20 ਰੁਪਏ ਚਾਹੀਦਾ ਲੈਂਦੀਆਂ ਹੋਣੀਆਂ ਹੋਰ ਕੰਮ ਹੀ ਕੋਈ ਨਹੀਂ ਹੁੰਦਾ ਜਿਹੋ ਜਿਹੇ ਨਾਲ ਮੈਂ ਵਿਆਹੀ ਗਈ ਹਾਂ ਮੈਨੂੰ ਤਿੰਨ 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 ਮਿਲਣਾ ਵੀ ਤੀਆਂ ਰਹਿੰਦੀਆਂ ਨੇ ਬੰਦੇ ਨੂੰ ਪਤਾ ਨਹੀਂ ਲੱਗਦਾ ਰੂਸੀ ਕਿਉਂ ਆ ਤੀਜੇ ਦਿਨ ਪਤਾ ਲੱਗਦਾ ਉਹ ਕਹਿੰਦੀ ਆ ਕਿ ਮੇਰਾ ਖਰਚਾ 25 ਰੁਪਏ ਕਰੋ ਯਾਰ ਅੱਛਾ ਮਜ਼ਾਕ ਚੋਂ ਬਾਹਰ ਆ ਜਾਇਆ ਕਰੋ ਨਾਲ 2 ਸਿਫਰੇ ਲਾਓ 25 ਨਹੀਂ 2500 ਦੀ ਗੱਲ ਕਰੋ ਇੰਨੇ ਘੱਟ ਖਰਚੇ ਨਾਲ ਮੈਂ 2500 ਬੁੱਢੀ ਕੋ ਨਹੀਂ ਰਹਿ ਹੁੰਦਾ ਅੱਛਾ ਚਲੋ ਠੀਕ ਹੈ ਮੈਂ ਤੇ ਹੁਣ ਆਪ ਸੋਚਦੀ ਮੈਂ ਠੀਕ ਕੋਈ ਕੰਮ ਹੀ ਸ਼ੁਰੂ ਕਰ ਲਵਾਂ ਨਾਲ ਕੱਪੜੇ ਵੀ ਤੇਰੇ ਮਰੇ ਮੈਂ ਜਿੰਨੀ ਦੇਰ ਮੈਂ ਤੇਰੇ ਦੇਖੇ ਆ ਕੱਪੜੇ ਕਈ ਤੇਰੇ ਐਸੇ ਕੱਪੜੇ ਸੀ ਜਿਹੜੇ 3-3 ਸਾਲ ਤੋਂ ਉਹਦੀ ਪਾਏ ਸੀ ਕਦੋਂ ਆਹੋ ਕੱਪੜੇ ਦੀਆਂ ਹੁੱਕਾਂ ਖਰਾਬ ਹੋ ਗਈਆਂ ਕਿਸੇ ਕੱਪੜੇ ਦੀ ਬਦਲੇ ਯਾਰ ਹੁਣ ਨਹੀਂ ਇਹਦੇ ਕੋਈ ਇੰਨੇ ਪੈਸੇ ਤੇ ਮੈਂ ਕਿੱਥੋਂ ਕਰ ਲਵਾਂ ਚਲੋ ਠੀਕ ਅੱਲਾ ਖੈਰ ਕਰੇ ਤੁਸੀਂ ਮੈਨੂੰ ਕੋਈ ਕੰਮ ਦੱਸ ਦਿਓ ਮੈਂ ਘਰ ਬੈਠੀ ਉਹ ਕਰਦੀ ਰਿਹਾ ਕਰਾਂ ਚਲ ਮੈਂ ਦੱਸਦਾ ਤੂੰ ਅਗਲੀ ਵਾਰੀ ਕਾਲ ਕਰੀ ਮੈਂ ਚੱਲਾ ਵਾ ਨਾ ਤੇ ਮੈਨੂੰ 2-4-5 ਦਿਨ ਬਾਅਦ ਜਦੋਂ ਟਾਈਮ ਹੋਵੇ ਕਰੀ ਤੇਰੇ ਮੈਂ ਕੰਮ ਦੱਸਾਂਗਾ ਬਹੁਤ ਅੱਛੇ ਘਰ ਬਹਿ ਕੇ ਕਰਨ ਵਾਲੇ ਹਾਂ ਚਲੋ ਠੀਕ ਆ ਤੇ ਘਰ ਬਹਿ ਕੇ ਕਰਨ ਵਾਲੇ ਮੈਂ ਦੱਸਣੇ ਆ ਤੇ ਉਹ ਤੂੰ ਘਰ ਹੀ ਕਰਨਾ ਜੇ ਤੈਨੂੰ ਕੋਈ ਬੰਦਾ ਕਹੇ ਨਾ ਕਿ ਸਾਡੇ ਘਰ ਆ ਕੇ ਕਰ ਜਾ ਤੇ ਉਹਦੇ ਕਰਨਾ ਮੈਂ ਕਹਿੰਦਾ ਲੋਕਾਂ ਦੇ ਘਰਾਂ ਜ਼ਿਆਦਾ ਕੰਮ ਕਰਾਂ ਮੈਂ ਇਹੋ ਜਿਹਾ ਕੰਮ ਕਰਨਾ ਵੀ ਨੀਗਾ ਆਪਣੇ ਘਰ ਬਹਿ ਕਰਨ ਵਾਲਾ ਕੰਮ ਕਰਨਾ ਪਾਂਡੇ ਤੋਂ ਨਾ ਵੀ ਓਕੇ ਓਕੇ ਚੱਲ ਠੀਕ ਆ ਲਾਫਿਸ ਬੰਦ ਕਰ ਫੋਨ ਓਕੇ ਅੱਲਾ ਹਾਫਿਜ਼ ਆਪਣਾ ਖਿਆਲ ਰੱਖਿਓ